जस टीवी देख रहे हो तुसी, मैं के पी सिंह तुहाडा स्वागत करता। जदों भारत की गल हुंदी है उदों भुखमरी की गल भी हो लग पैंदी हैगी है। पता नहीं क्यों हुंदी है, ये उदों हुंदी है जदों विश्व हंगर इंडैक्स आउंदा, उदों ही क्यों हुंदी है सवाल इस ते भी हैगा। जदों हंगर इंडैक्स आउंदा ते उस दे विच भारत दा नंबर 102वां आउंदा 117 मुल्कां दे विच। ਜਦੋਂ ਅਸੀਂ ਬ੍ਰਿਕਸ ਦੇਸ਼ਾਂ ਦੀ ਗੱਲ ਕਰਦੇ ਹੈਗੇ, ਬ੍ਰਿਕਸ ਦੇਸ਼ਾਂ ਦੇ ਵਿਚਾਲੇ ਅਸੀਂ ਆਪਣਾ ਮੁਕਾਬਲਾ ਕਰਦੇ ਹੈਗੇ, ਪਰ ਜਦੋਂ ਸਾਡੇ ਗੁਆਂਢੀ ਮੁਲਕ ਆ ਜਿਹੜੇ ਸਾਡੇ ਗੁਆਂਢ ਵਿੱਚ ਬੈਠੇ ਹੈਗੇ, ਅਸੀਂ ਉਹਨਾਂ ਤੋਂ ਵੀ ਪਛੜ ਜਾਂਦੇ, ਫਿਰ ਸਵਾਲ ਸਾਨੂੰ ਪੁੱਛਣਾ ਲਾਜ਼ਮੀ ਹੋ ਜਾਂਦਾ ਕਿ ਕਾਰਪੋਰੇਟ ਮਾਡਲ ਕਰਕੇ ਸਭ ਕੁਝ ਹੋ ਰਿਹਾ ਜਾਂ ਆਰਥਿਕ ਅਸਾਵੇਂਪਣ ਕਰਕੇ ਸਭ ਕੁਝ ਹੋ ਰਿਹਾ। ਇਹ ਸਾਰੇ ਸਵਾਲ ਸਾਨੂੰ ਪੁੱਛਣੇ ਪੈਣਗੇ ਜਦੋਂ ਭਾਰਤ ਅਰਥਚਾਰੇ ਦੇ ਵਿੱਚ ਆਪਣੇ ਆਪ ਨੂੰ ਵੱਡੀ ਸ਼ਕਤੀ ਵਜੋਂ ਦੇਖਦਾ ਹੋਵੇ, ਸੁਪਰ ਪਾਵਰ ਬਣਦੇ ਸੁਪਨੇ ਦੇਖਦਾ ਹੋਵੇ। ਉਦੋਂ ਭਾਰਤ ਦੇ ਬੱਚੇ ਆ ਜਿਹੜੇ ਉਹ ਭੁੱਖਮਰੀ ਦਾ ਸ਼ਿਕਾਰ ਹੋਣ, ਉਦੋਂ ਬਹੁਤ ਸਾਰੇ ਸਵਾਲ ਪੁੱਛਣੇ ਪੈਂਦੇ ਹੈਗੇ ਆ ਅਤੇ ਚਿੰਤਾ ਵੀ ਜਤਾਉਣੀ ਪੈਂਦੀ ਹੈਗੀ ਆ। ਮੇਰੇ ਪਿੱਛੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਮੈਨੂੰ ਇਹ ਤਸਵੀਰਾਂ ਦਿਖਾਉਣ ਦਾ ਅਫਸੋਸ ਹੈਗਾ, ਬੱਚੇ ਕਿਸ ਤਰੀਕੇ ਨਾਲ ਦਿਖਾਏ ਜਾ ਰਹੇ ਹੈਗੇ ਆ, ਪਰ ਮੈਂ ਤਸਵੀਰਾਂ ਬਲਰ ਨਹੀਂ ਕਰਨਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਇਹ ਤਸਵੀਰਾਂ ਤੁਸੀਂ ਵੀ ਦੇਖੋ, ਤੁਹਾਨੂੰ ਵੀ ਪਤਾ ਲੱਗੇ ਸਾਡਾ ਭਾਰਤ ਕਿੱਥੇ ਖੜ੍ਹਾ, ਨਿਊ ਇੰਡੀਆ ਦੇ ਸੁਪਨਿਆਂ ਦੇ ਵਿੱਚ ਭਾਰਤ ਭੁੱਖਾ ਕਿਉਂ ਹੈ ਅਤੇ ਕਸੂਰਵਾਰ ਹੈ ਕੌਣ। ਵਿਸ਼ਵ ਹੰਗਰ ਇੰਡੈਕਸ, ਇਹਦੀ ਚਰਚਾ ਅੱਜ ਕਿਉਂ ਕਰਨੀ ਪੈ ਰਹੀ ਹੈ ਤੁਹਾਨੂੰ ਟੂ ਦਾ ਪੁਆਇੰਟ ਵਿੱਚ, ਪੁਆਇੰਟ ਟੂ ਪੁਆਇੰਟ ਦੱਸ ਦਈਏ। 2019 ਦੇ ਕੌਮਾਂਤਰੀ ਹੰਗਰ ਇੰਡੈਕਸ ਵਿੱਚ ਹੋਰ ਹੇਠਾਂ ਆ ਗਿਆ ਭਾਰਤ, 117 'ਚੋਂ 102ਵੀਂ ਥਾਂ 'ਤੇ ਭਾਰਤ ਪਹੁੰਚਿਆ, ਗੁਆਂਢੀਆਂ ਤੋਂ ਵੀ ਪਛੜ ਗਿਆ। ਬਹੁਤ ਚਿੰਤਾ ਦਾ ਵਿਸ਼ਾ, ਬੰਗਲਾਦੇਸ਼, ਪਾਕਿਸਤਾਨ, ਨੇਪਾਲ ਤੋਂ ਵੀ ਇਹ ਹਾਲਾਤ ਆ ਜਿਹੜੇ ਬਦਤਰ ਹੋ ਗਏ ਨੇ। 2018 ਵਿੱਚ 132 ਮੁਲਕਾਂ ਵਿੱਚੋਂ 103ਵੀਂ ਥਾਂ 'ਤੇ ਸੀ ਭਾਰਤ, ਹਾਲਾਂਕਿ ਇਸ ਅੰਕੜੇ ਨੂੰ 95 ਵਾਲਾ ਅੰਕੜਾ ਵੀ ਸਮਝਿਆ ਜਾ ਸਕਦਾ ਹੈ, ਕਿਉਂਕਿ ਕਈ ਮੁਲਕ ਹੈ ਇੱਕ ਸਥਾਨ 'ਤੇ ਸੀਗੇ। ਬੈਲਾਰੂਸ, ਯੂਕਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਇੰਡੈਕਸ ਵਿੱਚ ਮੂਹਰਲੇ ਸਥਾਨਾਂ 'ਤੇ ਆ। ਭਾਰਤ ਦੇ ਦੱਖਣੀ ਸੂਬੇ ਬਿਹਤਰ ਪ੍ਰਦਰਸ਼ਨ ਕਰ ਰਹੇ ਆ, ਉੱਤਰੀ ਸੂਬਿਆਂ ਦੀ ਹਾਲਤ ਖਰਾਬ ਹੈ, ਅਤੇ ਅਸੀਂ ਉੱਤਰ ਵਿੱਚ ਹੀ ਆਉਂਦੇ ਹਾਂ ਜਿਹੜੇ ਇੱਥੇ ਪੈਨਲ ਵਿੱਚ ਵੀ ਬੈਠੇ ਹੋਣਗੇ। ਪਹਿਲੀ ਵਾਰ ਜਾਤੀ ਆਧਾਰਿਤ ਅੰਕੜਿਆਂ ਦੀ ਗਿਣਤੀ ਕੀਤੀ ਗਈ ਹੈਗੀ ਹੈ, ਇਹ ਹਰ ਵਾਰ ਡਾਟਾ ਬਲਦਾ ਰਹਿੰਦਾ ਹੈਗਾ ਕਿ ਕਿਸ ਪੈਮਾਨੇ ਦੇ ਆਧਾਰ 'ਤੇ ਸਾਰਾ ਅੰਕੜੇ ਇਕੱਠੇ ਕਰਨੇ ਹੈਗੇ। ਅਨੁਸੂਚਿਤ ਜਾਤੀ, ਜਨਜਾਤੀ ਅਤੇ ਹੋਰਨਾਂ ਪਿਛੜ ਵਰਗ ਦੇ ਹਾਲਾਤ ਹੈ ਜਿਹੜੇ ਹੋਰ ਵੀ ਖਰਾਬ ਨਜ਼ਰ ਆ ਰਹੇ ਹੈਗੇ। ਵੱਡਾ ਸਵਾਲ ਇੱਕੋ ਹੀ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ ਵਿਸ਼ਵ ਹੰਗਰ ਇੰਡੈਕਸ ਵਿੱਚ ਭਾਰਤ ਦੇ ਲਗਾਤਾਰ ਹੇਠਾਂ ਆਉਂਦਾ ਸਿਆਸਤ ਲਈ ਮਤਲਬ ਹੈ ਕੀ ਹੈ। ਇਸ ਸਵਾਲ 'ਤੇ ਡਿਬੇਟ ਹੋਵੇ ਕਿ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਮੁਹੰਮਦ ਖਾਲਿਦ ਸਾਹਿਬ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਵਿਚਰਦੇ ਆ, ਲੰਬਾ ਤਜਰਬਾ ਖਾਲਿਦ ਸਾਹਿਬ ਦਾ, ਅਤੇ ਖਾਲਿਦ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਵੀ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਸ਼ਾਮਲ ਭਾਰਤ ਦੇ ਅੱਗੇ ਇਹ ਸਵਾਲ ਕਿਉਂ ਹੈਗਾ ਕਿ ਭਾਰਤ ਭੁੱਖਾ ਕਿਉਂ ਹੈਗਾ। ਮੁਹੰਮਦ ਖਾਲਿਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ, ਇਹਨਾਂ ਲਈ ਇਹ ਡਿਬੇਟ ਔਖੀ ਹੋ ਸਕਦੀ ਹੈ, ਪਰ ਉਮੀਦ ਕਰੂੰਗਾ ਕਿ ਸੰਜਮ ਨਾਲ ਜਵਾਬ ਦੇਣਗੇ। ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਜਗਵੰਤ ਸਿੰਘ ਅਰਸ਼ਾਸਤਰੀ ਨੇ, ਡਾਕਟਰ ਜਗਵੰਤ ਸਿੰਘ ਖਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਭਾਰਤ ਨੂੰ ਸੁਪਨੇ ਦਿਖਾਏ ਜਾ ਰਹੇ ਆ, ਕਿਹੜੇ ਭਾਰਤ ਨੂੰ ਨਿਊ ਇੰਡੀਆ ਦੇ ਸੁਪਨੇ ਦਿਖਾਏ ਜਾ ਰਹੇ ਹੈ ਕੀ ਆ, ਜਿਹਦੇ ਵਿੱਚ 5 ਟ੍ਰਿਲੀਅਨ ਇਕੋਨਮੀ ਦੀ ਗੱਲ ਕੀਤੀ ਜਾਂਦੀ ਹੈ ਕੀ ਆ, ਉਸ ਅਰਥਚਾਰੇ ਵੱਲ ਵੱਧਦੇ ਭਾਰਤ ਦੇ ਅੱਗੇ ਇਹ ਭੁੱਖੇ ਭਾਰਤ ਵਾਲਾ ਸਵਾਲ ਕਿਉਂ ਹੈਗਾ। ਡਾਕਟਰ ਜਗਵੰਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਹਿਲਾ ਗਰਗ, ਅਕਸਰ ਪਿੰਡਾਂ ਅਤੇ ਸ਼ਹਿਰਾਂ ਦੇ ਪਾੜੇ ਦੀ ਗੱਲ ਕਰਦੇ ਆ, ਅਤੇ ਜਦੋਂ ਬੱਚਿਆਂ ਦੇ ਖੁਦ ਡਾਕਟਰ ਹੋਣ ਅਤੇ ਜਦੋਂ ਬੱਚਿਆਂ ਵਾਲਾ ਸਵਾਲ ਇਹਨਾਂ ਅੱਗੇ ਰੱਖਿਆ ਜਾਊਗਾ ਅਤੇ ਇਹਨਾਂ ਦੀ ਮਨੋਦਸ਼ਾ ਕੀ ਹੋ ਸਕਦੀ ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਅਤੇ ਉਹਨਾਂ ਬੱਚਿਆਂ ਦੀ ਮਨੋਦਸ਼ਾ ਕੀ ਹੋਊਗੀ ਜਿਹਨਾਂ ਬੱਚਿਆਂ ਨੂੰ ਅਕਸਰ ਇਹ ਮਿਲਦੇ ਰਹਿੰਦੇ ਹੈਗੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਕੇ ਜਿਹੜੇ ਬੱਚੇ ਭੁੱਖਮਰੀ ਦਾ ਸ਼ਿਕਾਰ ਹੈਗੇ ਆ। ਡਾਕਟਰ ਗਰਗ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਭੁੱਲਰ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ। ਭੁੱਲਰ ਸਾਹਿਬ, ਵੈਸੇ ਇਹ ਸਵਾਲ ਤੁਹਾਨੂੰ ਤੰਗ ਵੀ ਕਰੂਗਾ ਅਤੇ ਹੋ ਸਕਦਾ ਤੁਹਾਨੂੰ ਗੁੱਸਾ ਵੀ ਆਵੇ। ਭੁੱਲਰ ਸਾਹਿਬ, ਇਹ ਅੰਕੜੇ ਦੇਖ ਕੇ ਦੁੱਖ ਹੁੰਦਾ ਕਿ ਸ਼ਰਮ ਆਉਂਦੀ ਹੈ? ਦੇਖੋ, ਦੁੱਖ ਵੀ ਹੈ ਔਰ ਸ਼ਰਮ ਵੀ ਹੈ ਕਿ ਇਹ ਅੰਕੜੇ ਜਿੱਥੇ ਅੱਜ ਹਿੰਦੁਸਤਾਨ ਆ ਕੇ ਖੜ੍ਹਾ ਹੈ, ਜਿੱਥੇ ਇੱਕ ਟਾਈਮ ਦੀ ਜਾਂ ਦੋ ਟਾਈਮ ਦੀ ਰੋਟੀ ਕਈ ਪਰਿਵਾਰਾਂ ਨੂੰ ਨਹੀਂ ਮਿਲਦੀ, ਔਰ ਕਿਉਂਕਿ ਇਹ ਅੰਕੜੇ ਉਸ ਟਾਈਮ ਆਏ ਨੇ ਜਦੋਂ ਸਾਡੀ ਸਰਕਾਰ ਕੇਂਦਰ ਦੇ ਵਿੱਚ ਹੈ, ਔਰ ਤੁਹਾਡਾ ਜਾਇਜ਼ ਬਣਦਾ ਹੈ ਕਿ ਤੁਸੀਂ ਸਾਨੂੰ ਇਹ ਕਹੋ ਕਿ ਤੁਹਾਨੂੰ ਸ਼ਰਮ ਆਉਂਦੀ ਕਿ ਨਹੀਂ ਆਉਂਦੀ। ਸਾਨੂੰ ਸ਼ਰਮ ਆਉਂਦੀ ਹੈ ਕਿ ਜਿਹੜੀਆਂ ਸਾਡੇ ਤੋਂ ਪੁਰਾਣੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਇਸ ਦੇਸ਼ ਨੂੰ ਇਸ ਹਾਲਾਤ ਤੱਕ ਲੈ ਕੇ ਆਉਂਦਾ ਹੈ ਕਿ ਦੇਸ਼ ਦੇ ਵਿੱਚ ਭਰ ਪੇਟ ਭੋਜਨ ਵੀ ਲੋਕਾਂ ਤੱਕ ਨਹੀਂ ਪਹੁੰਚ ਰਿਹਾ। ਸਾਨੂੰ ਹੁਣ ਮੌਕਾ ਮਿਲਿਆ ਔਰ ਜਿਹੜੀ ਕੋਸ਼ਿਸ਼ ਹੈ ਕਿ ਹਰ ਘਰ ਦੇ ਵਿੱਚ ਜਿਹੜਾ ਹੈਗਾ, ਜਿਸ ਤਰ੍ਹਾਂ ਅਸੀਂ ਬਾਕੀ ਚੀਜ਼ਾਂ ਲਈ ਕੀਤਾ ਹੈਗਾ, ਉਸ ਤਰ੍ਹਾਂ ਭੋਜਨ ਵੀ ਜਿਹੜਾ ਹੈਗਾ ਹਰ ਵਿਅਕਤੀ ਨੂੰ ਮਿਲੇ, ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਇਹ ਅੰਕੜੇ ਜਿਹੜੇ ਨੇ ਬਿਲਕੁਲ ਬਦਲੇ ਹੋਣਗੇ ਔਰ ਹਰ ਵਿਅਕਤੀ ਜਿਹੜਾ ਹੈਗਾ ਉਹਨੂੰ ਭੋਜਨ ਜਿਹੜਾ ਹੈਗਾ ਉਹਦੇ ਮਿਲਦੇ ਉਪਰਾਲੇ ਕੀਤੇ। 2014 ਤੋਂ ਬਾਅਦ 2019 ਤੱਕ ਸਥਿਤੀ ਹੈ ਜਿਹੜੀ ਡਾਵਾਡੋਲ ਹੁੰਦੀ ਗਈ ਹੈਗੀ ਹੈ। 2006 ਤੋਂ ਰੈਂਕਿੰਗ ਸ਼ੁਰੂ ਹੋਈ ਸੀਗੀ, ਮੈਂ UPA ਗੌਰਮੈਂਟ ਦੀ ਵੀ ਗੱਲ ਕਰ ਰਿਹਾ ਹੈਗਾ। 2014 ਤੋਂ ਲੈ ਕੇ 2019 ਤੱਕ, 2014 ਵਿੱਚ 55ਵੇਂ ਰੈਂਕਿੰਗ ਸੀਗੀ, 76 ਦੇਸ਼ ਸੀਗੇ। 2015 ਵਿੱਚ 80ਵੀਂ ਰੈਂਕਿੰਗ ਸੀ, 104 ਦੇਸ਼ ਸੀਗੇ। ਇਹੋ ਜਿਹੇ ਹਾਲਾਤ ਹੈ ਜਿਹੜੇ ਉਹ ਸਾਨੂੰ ਇਸ ਲਈ ਸਵਾਲ ਕਰਨਾ ਪੈ ਰਿਹਾ ਹੈਗਾ ਭੁੱਲਰ ਸਾਹਿਬ
बीजेपी बारे ज एनडीए गवर्नमेंट बारे कहा जा रहा है कि सिर्फ कारपोरेट मॉडल है इन्हों के अगे है क्या इन्हों ये नहीं चिंता है कि कोई बच्चा मर रहा है क्या जो भुख लगी है कि नहीं नहीं यह कोई गल नहीं हैगी कि कारपोरेट मॉडल हैगा और कोई बच्चा मर रहा है ज नहीं कुछ खाने दिता जा रहा अफसोस इस करके होंगे कि साड़ा देश एक योजा देश है जिते कला मैं कहना भी उस तरह ही नहीं हजार थावान से लंगर भी लगते हैं हजार थावान के उत्ते लोग सेवा भी करते हैं कि लोगों का ढिड जरा भरया जा सके साड़ी सरकार ने आके तो सगों 10 रुपये थाली तक का जो है इंतजाम किया है कि जो गरीब बंदा है वह भी जोड़ा है अपना पेट पाल सके ते देखो जिन्ना उपराला किया जाता सरकार वालों स्टार्ट किया गया मैं देखा भी सानू हुण मौका मिलिया है पिछले 5 साल मिले हुण अगे सानू मौका मिलिया है तो असीं कोशिश कर रहे हैं भी हर परिवार तक हर व्यक्ति तक जो भोजन की व्यवस्था बने और जाए ठीक है डॉक्टर गर्ग मैं बाद चाहूँगा डॉक्टर जगवंत मोहम्मद खाली तुहाडे कोल डॉक्टर गर्ग कुपोषण का शिकार क्यों बच्चे देखो जी मोटी गल यह है कि मावां दे विच 58% नूं तकरीबन अनीमिया है खून की कमी है खाना नहीं मिलता प्रैगनेंसी के दौरान जब गर्भवती औरतों तो उन्होंने विटामिन नहीं मिलते जिस करके जिहड़ा बच्चा है वह कमज़ोर पैदा होंदा पहली गल तो पंजाब दे विच भी जिहड़ी पंजाब वर्गी स्टेट है उहदे विच भी 21% बच्चे ने जिहड़े वह अंडर न्यूट्रिशन वाले ने स्टंटड ग्रोथ जिन्होंने असं कहना मतलब वाधा नहीं बच्चा वो उन्हां दी गिनती तो अद्धियां तो वध है सो जब असी इस गल नूं देखदे आ 6 तों 23 महीनों के बच्चे ये पंजाब दी पंजाब सरकार दी सर्वे वर्ल्ड इंडैक्स की गल आपां करदे आ ना पंजाब सरकार दी सर्वे NFHS सॉरी भारत सरकार दी नैशनल फैमिली हैल्थ सर्वे 4th राउंड के अंकड़े आए ने पिछे तो उहदे विच 6 तों 23 महीनों के सिर्फ 7% बच्चे ने जिन्हां नूं भर पेट खाना मिलता डॉक्टर गर्ग जी गल तुसी दस रहे हो पंजाब बारे मैं बचपन तो लैके हुण तक सिर्फ यही पढ़िया ते सुनिया खुशहाल है पंजाब यही कहा जाता है यही कहा जाता है नहीं हुण मैं पढ़ाई है जिहड़ी बदल लवां हां बदलनी पैगी दसा सिखाया बहुत कुछ गया सिखाया गया भी पढ़े लिखे बहुत सियाने होंदे ने पढ़े लिखे ईमानदार होंदे ने अनपढ़ सारे बेवकूफ होंदे ने वो काम नहीं करते खराब करते ने रिश्वत हर भैड़ जिहड़ा अनपढ़ा ते हर भैड़ पेंडुआं ते हर भैड़ दलतां ते हर भैड़ मिनोरिटीज़ दे उत्ते ते जिहड़ा सब तो चंगा है वो उपर दे उत्ते अरबने दे उत्ते पढ़े लिखे दे उत्ते सरकारी नौकर दे उत्ते जदके सरकार नूं चलाउंदे है पहली गल दूजी गल इस इंडैक्स दा जो तुसीं वर्ल्ड हंगर इंडैक्स की गल करदे हो इहदे विच स्पैसिफिकली जिहड़ी हुण सरकार चल रही है इहदी गल करी गई है स्वच्छ भारत की वो कहिंदे भी शौचालय की कहिंदे भी इन्होंने ऐलान करिया कि सब पिंडां च शौचालय हो गया कहिंदा इन्ने पिंडां च शौचालय है नहीं यह रिपोर्ट का पार्ट है ये हुण तुसीं कहोगे चैलेंज तो नहीं किया जा सकता इस रिपोर्ट नूं नहीं चैलेंज किया जा सकता क्योंकि इहदे विच सारे डेटे हैगे UNO WHO यूनिसेफ कमांती खुराक ते खेती कर चैलेंज तां कोई किसी कुछ नहीं करते वैसे ये चैलेंजेबल है ही नहीं वैसे चैलेंजेबल नहीं पर चैलेंज कर सकते इन्हों का नीति जो कहता है कि नहीं जी साडे फलाने अंकड़ी नहीं रहे फलाने कहिंदे ने उन्होंने चैलेंज करने की कोशिश भी करी है हुण इशू कित्थे आ साडे सामने भी तुसीं कहोगे भी शौचालय का की संबंध है इस नाल हंगर इंडैक्स नाल पेट दे विच जे कीड़े पैंदे ने तां पैंदे ने जे जिहड़ा एक्सक्रीट है जिहनूं आपां टट्टी पेशाब कहिंदे आ उहदा सेफ निपटारा ना होवे तो पेट च कीड़े आ जांदे पेट च कीड़े आउंदे ने तां उह भोजन पचदा नहीं है उहनूं कमजोरी हुंदी है उह अंडर न्यूट्रिशन माल न्यूट्रिशन रहिंदे सी उहनूं कुपोषण दा शिकार रहिंदे ने बच्चे सोकड़े दा शिकार हो जांदे ने प्रोटीन कलोरी माल न्यूट्रिशन पंजाब दे विच प्रोटीन कलोरी माल न्यूट्रिशन जिते कहिंदे कणक ते चौलां दा भंडार लगे पए ने कलोरी जे प्रोटीन दा होवे तां चलो चने घट के पैदा होने दालां घट गईआं पर कणक तां कोई घट नहीं है पंजाब च यानी कि कलोरीज़ नहीं पूरियां मिलदियां बच्चों नूं जिन्ना खाना चाहीदियां रोटियां उन्नियां रोटियां नहीं मिलदियां सो इस करके ये कहना कि भी ये सब कुछ जिहड़ा है ये ठीक एड्डी छेती हो जाएगा बंगलादेश तों भी असीं पिछे हाँ असी नेपाल तो भी पिछे हाँ यह बहुत एक नैगेटिव गल है और पहला असी 24 मुल्कों तो सादे पिछे होंगे सी हूँ 15 पिछे रहे हूँ 15 पिछे ठीक है छोटा ब्रेक लवेंगे ब्रेक तो वापस आवेंगे भुखा भारत है कसूरवार कौन है सवाल बड़ा महत्वपूर्ण है सवाल पूछना लाजमी है हो सकता है ये सवाल है साड़ी टीवी डिबेट के आउट होन पर यह सवाल पूछना पवेगा नहीं तो अज बच्चे भुखे है क्या तो कल तुसी भी भुखे हो सकते हो जो सवाल नहीं पुछोगे जो आपकी पिठ थापड़ी जाए कि असी आर्थिक तौर पर बहुत मजबूत होंगे जा रहे हैं सुपने वे वे दिखाए जान तो उदों भुखा है भारत जो ये तस्वीर साढ़े सामने आए तो फिर सानू सवाल पूछने पैण कि यह भुखा भारत रहा कितने है क्या न्यू इंडिया के सुपन के भुखा भारत इनकी कोई जगह है भी कि नहीं है कि ब्रेक तो वापस आकर सवाल पूछूंगा चलो
ਪਾਲਕ ਕੋ ਪੁੱਛ ਰਹੇ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਵਿਸ਼ਵ ਹੰਗਰ ਇੰਡੈਕਸ ਵਿੱਚ ਭਾਰਤ ਦੇ ਲਗਾਤਾਰ ਹੇਠਾਂ ਹੁੰਦਾ ਸਿਆਸਤ ਲਈ ਕੀ ਮਤਲਬ ਹੈ? ਮੁਹੰਮਦ ਖਾਲਿਦ, ਮੈਂ ਡਾਕਟਰ ਜਗਵੰਤ ਸਿੰਘ ਹਰਾਂ ਕੋਲ ਜਾਣਾ ਸੀਗਾ, ਪਰ ਪਹਿਲਾ ਸਵਾਲ ਤੁਹਾਨੂੰ ਪੁੱਛਣਾ ਚਾਹੂੰਗਾ, ਸਿਆਸਤ ਨੂੰ ਇਸ ਇੰਡੈਕਸ ਦਾ ਕੋਈ ਮਤਲਬ ਸਮਝ ਆਉਂਦਾ ਜਾਂ ਸਿਰਫ ਅੰਕੜੇ ਜਿਹੜੇ ਪਹਿਲਾਂ ਆਉਂਦੇ ਆ ਉਹ ਆਏ ਆ, ਠੀਕ ਹੈ, ਇਹਨਾਂ 'ਤੇ ਥੋੜ੍ਹੇ ਜਿਹੇ ਡਿਬੇਟ ਹੋਊਗੀ, ਉਸ ਤੋਂ ਬਾਅਦ ਅਗਲੇ ਸਾਲ ਦਾ ਇੰਤਜ਼ਾਰ ਹੋਊਗਾ, ਚੁੱਪ ਕਰ ਜਾਂਗੇ ਉਹਦੇ ਕੋਲ, ਫਿਰ ਸੁਪਨੇ ਵੇਚਾਂਗੇ। ਨਹੀਂ, ਐਸਾ ਹੈ ਕਿ ਜਿਹੜਾ ਇਹ ਇੰਡੈਕਸ ਆਇਆ, ਇਸ ਤੋਂ ਪਹਿਲਾਂ ਵੀ ਇੰਡੈਕਸ ਆਉਂਦੇ ਰਹਿੰਦੇ ਆ ਅਤੇ ਉਹਦੇ ਉੱਪਰ ਡਿਸਕਸ਼ਨ ਹੁੰਦੀ ਰਹਿੰਦੀ, ਐਸੀ ਗੱਲ ਨਹੀਂ ਹੈ। ਲੇਕਿਨ ਇੰਡੈਕਸ ਦੇ ਵਿੱਚ ਆਪਾਂ ਲਗਾਤਾਰ ਪਛੜ ਰਹੇ ਹਾਂ, ਪਿੱਛੇ ਜਾ ਰਹੇ ਹਾਂ, ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਜੇ ਆਪਾਂ ਕਹਿ ਦਈਏ ਵੀ ਸਟੈਗਨੇਸ਼ਨ ਆ ਗਈ ਵੀ ਕਿ ਅਸੀਂ ਪਿੱਛੇ ਨਹੀਂ ਜਾ ਰਹੇ, ਫਿਰ ਵੀ ਉਹ ਗੱਲ ਚਲੋ ਮਾੜੀ ਮੋਟੀ ਸਮਝ ਲੱਗਦੀ ਹੈ। ਲੇਕਿਨ ਜਦ ਆਪਾਂ ਡਾਊਨ ਜਾ ਰਹੇ ਹਾਂ, ਤੁਸੀਂ ਦੇਖੋ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਸਟੰਟਡ ਗਰੋਥ ਦੀ, ਸਾਡੇ ਕੋਲ ਸਭ ਤੋਂ ਜ਼ਿਆਦਾ 46.6% ਵਰਲਡ ਦਾ ਲਾਰਜੈਸਟ ਜਿਹੜਾ ਹੈਗਾ ਪੂਲ ਸਾਡੇ ਕੋਲ ਹੈ ਸਟੰਟਡ ਗਰੋਥ ਦਾ, ਠੀਕ ਹੈ। 25% ਜਿਹੜੇ ਹੈਗੇ ਆ ਸਾਡੇ ਐਸੇ ਹੈਗੇ ਆ ਜਿਹੜੇ ਜਿਹਨੂੰ ਕਹਿੰਦੇ ਰੋਟੀ ਨਹੀਂ ਮਿਲਦੀ ਜਾਂ ਭੁੱਖੇ ਜਿਹੜੇ ਹੈਗੇ ਆ। ਇਸੇ ਤਰੀਕੇ ਦੇ ਨਾਲ ਆਪਾਂ ਦੇਖੀਏ ਪਰ ਕੈਪੀਟਾ ਇਨਕਮ ਦੇ ਵਿੱਚ ਆਪਾਂ 124ਵੇਂ ਸਥਾਨ 'ਤੇ ਖੜ੍ਹੇ ਹਾਂ, ਅਤੇ ਜਿੰਨੇ ਵੀ ਇਕਨੋਮਿਕ ਇੰਡੀਕੇਟਰ, ਫਿਜ਼ੀਕਲ ਕੁਆਲਿਟੀ ਆਫ ਲਾਈਫ ਇੰਡੈਕਸ ਹੈ, ਫਿਜ਼ੀਕਲ ਕੁਆਲਿਟੀ PQLI ਉਹਨੂੰ ਕਹਿੰਦੇ ਆ, ਉਹਦੇ ਵਿੱਚ ਆਪਾਂ 77 ਦੇ ਵਿੱਚੋਂ 54ਵੇਂ ਸਥਾਨ 'ਤੇ ਖੜ੍ਹੇ ਹਾਂ। ਇਹ ਜਿਹੜੇ ਇੰਡੀਕੇਸ਼ਨਸ ਹੈਗੀਆਂ ਉਹਦੇ ਵਿੱਚ ਹੈਗਾ ਕਿ ਕਿਆ ਸਰਕਾਰਾਂ ਪੈਰੀਨੀਲੀ ਸ਼ੁਰੂ ਤੋਂ ਹੀ ਇਸ ਚੀਜ਼ ਦੇ ਵਿੱਚ ਜ਼ੋਰ ਨਹੀਂ ਪਾ ਸਕੀਆਂ ਜਾਂ ਕੋਈ ਅੱਛੀ। ਦੋ ਤਿੰਨ ਚੀਜ਼ਾਂ ਮੈਂ ਇਹਦੇ ਵਿੱਚ ਕਹਾਂਗਾ। ਇੱਕ ਤਾਂ ਸਾਡੀ ਹੈਗੀ ਅੰਡਰ ਬੈਲੀ ਹੈਗੀ ਆ UP, ਬਿਹਾਰ, ਵੈਸਟ ਬੰਗਾਲ, ਉੜੀਸਾ, ਆਪਾਂ ਕਹਿੰਦੇ ਸਾਊਥ ਦੇ ਵਿੱਚ ਉਹਨਾਂ ਨੇ ਸਾਂਭ ਲਿਆ ਆਪਣੇ ਆਪ ਨੂੰ, ਲੇਕਿਨ ਇੱਥੇ ਪਾਪੂਲੇਸ਼ਨ ਇੰਨੀ ਜ਼ਿਆਦਾ ਔਰ ਇਕਨੋਮਿਕ ਗਰੋਥ ਜਿਹੜੀ ਹੈਗੀ ਆ ਉਹਦੇ ਕਮੈਂਸਰੇਟ ਨਹੀਂ ਹੋਈ ਹੈ। ਦੂਸਰੀ ਹੈਗੀ ਹੈ ਇਮਬੈਲੈਂਸ ਗਰੋਥ ਹੈਗੀ ਹੈ ਕਿ ਆਪਣਾ ਮੈਕਸੀਮਮ ਇੰਡਸਟਰੀਲਾਈਜੇਸ਼ਨ ਗੁਜਰਾਤ, ਮਹਾਰਾਸ਼ਟਰ ਦੇ ਵਿੱਚ ਹੋਈ ਜਾ ਰਹੀ ਹੈ, ਔਰ ਐਗਰੀਕਲਚਰ ਵਾਸਤੇ ਤੁਸੀਂ ਪੰਜਾਬ ਲੈ ਲਓ, ਹਰਿਆਣਾ ਲੈ ਲਓ। ਇਹ ਜਿਹੜੀ ਅੰਡਰਬੈਲੀ ਹੈ ਉਹਨੂੰ ਵੀ ਉਸੇ ਤਰੀਕੇ ਦੇ ਨਾਲ ਡਿਵੈਲਪ ਕਰਨ ਦੀ ਲੋੜ ਹੈ, ਔਰ ਸਭ ਤੋਂ ਜ਼ਿਆਦਾ ਹੰਗਰ ਉੱਥੇ ਹੈ ਔਰ ਉਹਦੀ ਵਜ੍ਹਾ ਕਰਕੇ ਹੀ ਆਪਣੇ ਅੰਕੜੇ ਪਿੱਛੇ ਜਾਂਦੇ ਆ। ਤਾਂ ਇਕਨੋਮਿਕ ਚੀਜ਼ ਸਮਝਾ ਦਿਓ ਮੁਹੰਮਦ ਖਾਲਿਦ, ਜਿਹੜੀ ਗੱਲ ਤੁਸੀਂ ਕਹੀ ਹੈਗੀ ਹੈ ਇਹ ਸਾਰੇ ਇਕਨੋਮਿਕ ਗਰੋਥ ਨਾ ਹੋਣ ਦੀ ਵਜ੍ਹਾ ਕਰਕੇ ਆ, ਇਕਨੋਮਿਕ ਇੰਡੀਕੇਟਰ ਦੇ ਨਾਲ ਇਹ ਸਭ ਕੁਝ ਤੱਲੂ ਰੱਖਦਾ, ਇਸ ਕਰਕੇ ਸਭ ਕੁਝ ਹੋ ਰਿਹਾ ਜਾਂ ਉਹਦੀ ਵਜ੍ਹਾ ਕੋਈ ਹੋਰ ਹੈ? ਦੇਖੋ ਇੱਦਾਂ ਹੈਗਾ ਕਿ ਕੋਈ ਵੀ ਚੀਜ਼ ਇਕਨੋਮਿਕ ਗਰੋਥ ਜਿਹਦੀ ਜੇ ਆਪਾਂ ਗੱਲ ਕਰਦੇ ਹਾਂ, ਕਿਸੇ ਵੀ ਚੀਜ਼ ਨੂੰ ਦੂਸਰੇ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਪੋਲੀਟਿਕਸ ਨੂੰ ਰਾਜਨੀਤੀ ਤੋਂ, ਰਾਜਨੀਤੀ ਨੂੰ ਪੋਲੀਟਿਕਸ ਤੋਂ, ਅਲਟੀਮੇਟ ਡਿਸਾਈਡ ਤਾਂ ਪੋਲੀਟਿਕਸ ਨੇ ਕਰਨਾ ਕਿ ਅਸੀਂ ਗਰੋਥ ਕਿਵੇਂ ਕਰਨੀ ਹੈ। ਅਗਰ ਤੁਸੀਂ ਗਰੋਥ ਸਟੰਟਡ ਕਰ ਰਹੇ ਹਾਂ ਤਾਂ ਸਟੰਟਡ ਬੱਚੇ ਜਿਹੜੇ ਹੈਗੇ ਆ ਪੈਦਾ ਹੋ ਰਹੇ ਹੈ। ਅਗਰ ਤੁਸੀਂ ਗਰੋਥ ਇਮਬੈਲੈਂਸ ਕਰਨੀ ਹੈ, ਅਗਰ ਇੱਕ ਪਰਟੀਕੁਲਰ ਏਰੀਏ ਨੂੰ ਹੀ ਤੁਸੀਂ ਆਪਣਾ ਵੋਟ ਬੈਂਕ ਸਮਝ ਕੇ ਉਹਨੂੰ ਮਜ਼ਬੂਤ ਕਰਨਾ, ਬਾਕੀ ਜਿਹੜਾ ਐਕਚੁਅਲ ਜਿੱਥੇ ਹੰਗਰ ਹੈ ਉਹਨੂੰ ਡਿਵੈਲਪ ਨਹੀਂ ਹੋਣ ਦੇਣਾ ਜਾਂ ਉਹਦੇ ਵੱਲ ਧਿਆਨ ਨਹੀਂ ਦੇਣਾ, ਤਾਂ ਨੈਚੁਰਲੀ ਇਸ ਤਰ੍ਹਾਂ ਦੇ ਨਤੀਜੇ ਜਿਹੜੇ ਹੈਗੇ ਆਉਣਗੇ, ਜਿਹੜੇ ਕਿ ਆਪਾਂ ਦੇਖ ਠੀਕ ਹੈ। ਮੁਹੰਮਦ ਖਾਲਿਦ ਨੇ ਗੱਲ ਕੀਤੀ, ਡਾਕਟਰ ਜਵਾਨ ਸਿੰਘ ਮੈਨੂੰ ਥੋੜ੍ਹੀ ਜਿਹੀ ਸਮਝ ਆਈ ਹੈ, ਮੈਂ ਜ਼ਿਆਦਾ ਤੁਹਾਡੇ ਤੋਂ ਸਮਝਣਾ ਚਾਹੁੰਦਾ। ਰੱਜਿਆਂ ਨੂੰ ਰਜਾਉਣਾ ਹੈਗਾ, ਭੁੱਖਿਆਂ ਨੂੰ ਮਾਰਨਾ ਹੈਗਾ, ਇਹ ਥਿਊਰੀ 'ਤੇ ਕੰਮ ਕਰਦਾ ਪਿਆ ਸਾਡਾ ਸਿਸਟਮ? ਮਾਫ਼ ਕਰਨਾ ਜੀ, ਮੈਂ ਸਵਾਲ ਗਲਤ ਪੁੱਛਦਾ, ਮੈਨੂੰ ਤਾਂ ਇੰਨਾ ਕੀ ਸਮਝ ਆਇਆ। ਸਵਾਲ ਤੁਹਾਡਾ ਠੀਕ ਹੈ, ਇਕਨੋਮਿਕਸ ਦੇ ਵਿੱਚ ਜਦੋਂ ਲਿਬਰਲਾਈਜੇਸ਼ਨ ਤੋਂ ਬਾਅਦ ਇਹ ਆਮ ਤੌਰ 'ਤੇ ਗੱਲ ਕਹੀ ਗਈ ਹੈ ਕਿ ਰੱਜਿਆਂ ਨੂੰ ਰਜਾਉਣ ਵਾਲਾ ਕੰਮ ਜ਼ਿਆਦਾ ਹੋ ਗਿਆ ਅਤੇ ਜਿਹੜੇ ਭੁੱਖੇ ਆ ਉਹਨਾਂ ਦਾ ਖਿਆਲ ਨਹੀਂ ਕੀਤਾ ਜਾ ਰਿਹਾ। ਇਹਦੇ ਅਰਥ ਸ਼ਾਸਤਰੀ ਵੀ, ਜਿਹੜੇ ਪੋਲੀਟੀਕਲ ਸਾਇੰਟਿਸਟ ਵੀ ਬਹੁਤ ਵਾਰ ਇਹਦੇ ਇਸ਼ਾਰੇ ਦੇ ਚੁੱਕੇ ਆ। ਕਈ ਵਾਰ ਸਾਡੇ ਅਕਾਡਮਿਕ ਡਿਸਕਸ਼ਨ ਦੇ ਵਿੱਚ ਇਸ਼ੂ ਉੱਭਰ ਕੇ ਆਉਂਦਾ ਵੀ ਇਸ ਡਿਵੈਲਪਮੈਂਟ ਦਾ ਜਾਂ ਲਿਬਰਲਾਈਜੇਸ਼ਨ ਦਾ ਅਸਰ ਕੀ ਹੋਇਆ। ਉਹਦੇ ਵਿੱਚ ਜਦੋਂ ਫੂਡ ਸਿਕਿਉਰਿਟੀ ਬਿੱਲ ਆ ਰਿਹਾ ਸੀਗਾ ਉਸ ਮੌਕੇ ਬੜੀ ਧਿਆਨ ਨਾਲ ਇਸ 'ਤੇ ਬੜੀ ਡਿਸਕਸ਼ਨ ਹੁੰਦੀ ਰਹੀ, ਔਰ ਉਹ ਅੱਜ ਵੀ ਡਿਸਕਸ਼ਨ ਰੈਲੇਵੈਂਟ ਹੈ ਕਿ ਸਾਡੇ ਕੋਲ ਫੂਡ ਸਟੋਕ, ਫੂਡ ਗ੍ਰੇਨ ਦਾ ਸਟੋਕ, ਬਫਰ ਸਟੋਕ ਬਹੁਤ ਹੈ। ਇੰਨਾ ਕੁ ਪਿਆ ਕਿ ਕਈ ਵਾਰ ਇਹ ਏਜੰਸੀਆਂ ਕਹਿ ਦਿੰਦੀਆਂ ਵੀ ਸਾਡੇ ਕੋਲ ਵੇਅਰ ਹਾਊਸ ਜਾਂ ਸਟੋਰ ਕਰਨ ਲਈ ਜਗ੍ਹਾ ਨਹੀਂ ਹੈਗੀ, ਅਸੀਂ ਇਸ ਕਰਕੇ ਪਰਚੇਜ਼ ਨਹੀਂ ਕਰ ਸਕਦੇ। ਜੇ ਸਾਡੇ ਕੋਲ ਇੰਨਾ ਸਟੋਕ ਪਿਆ ਉਸ ਦੇ ਬਾਵਜੂਦ ਮੁਲਕ ਵਿੱਚ ਬੱਚੇ ਜਿਹੜੇ ਆ ਕੁਪੋਸ਼ਣ ਦਾ ਸ਼ਿਕਾਰ ਨੇ, ਤੁਹਾਨੂੰ ਵੀ ਪਤਾ ਜੀ ਕਣਕ ਸਾੜ ਕੇ ਉਹਦਾ ਕੀਤਾ ਕੀ ਜਾਂਦਾ, ਕਣਕ ਨੂੰ ਸੜਿਆ ਦਿਖਾਇਆ ਕੋਈ ਜਾਂਦਾ, ਸੁਪਰੀਮ ਕੋਰਟ ਚਿੰਤਾ ਜਿਤਾ ਚੁੱਕਿਆ ਡਾਕਟਰ ਜਵੰਤ ਸਿੰਘ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਪਰੇਸ਼ਾਨੀ ਦਾ ਮੁੱਦਾ। ਪਰ ਮੈਂ ਇਹ ਮਹਿਸੂਸ ਕਰਦਾ ਕਿ ਇਹ ਇੰਡੈਕਸ ਵਿੱਚ ਹਿੰਦੁਸਤਾਨ ਬਹੁਤ ਜਲਦੀ ਇੰਪਰੂਵ ਕਰਨ ਵਾਲਾ ਨਹੀਂ, ਉਹਦੇ ਕਾਰਨ ਕਈ ਨੇ। ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜੀਆਂ ਇੱਕ ਤਾਂ ਵੱਡਾ ਕਾਰਨ ਇਹ ਆ ਕਿ ਜਿਹੜੀ ਚਾਈਲਡ ਬੀਰਿੰਗ ਏਜ ਦੇ ਵਿੱਚ ਔਰਤਾਂ ਹੈਗੀਆਂ ਉਹ ਆਪ ਵੀ ਤਾਂ ਮੈਲਨਰਿਸ਼ਡ ਨੇ, ਉਹ ਵੀ ਤਾਂ ਪਹਿਲਾਂ ਉਸੇ ਤਰੀਕੇ ਨਾਲ ਉਹਨਾਂ ਦਾ ਆਪਣੇ ਬੋਡੀ ਦੇ ਵਿੱਚ ਜਿਹਨੇ ਬੱਚੇ ਨੂੰ ਫੀਡ ਕਰਨਾ ਪਹਿਲੇ 6 ਮਹੀਨੇ ਜਿਹਦੀ ਖੁਰਾਕ ਹੀ ਉਹ ਮੰਨੀ ਜਾਂਦੀ ਆ, ਤਾਂ ਕੁਪੋਸ਼ਣ ਤਾਂ ਉਸ ਮੌਕੇ ਸ਼ੁਰੂ ਹੋ ਜਾਂਦਾ। ਉਸ ਤੋਂ ਅਗਲੇ ਜਿਹੜੀ ਇਹਨਾਂ ਨੇ ਇੱਕ ਗੱਲ ਕੀਤੀ ਵੀ ਜਿਹੜੇ 6 ਮਹੀਨੇ ਤੋਂ 23 ਮਹੀਨੇ ਦੇ ਬੱਚੇ ਦਾ ਜਿਹੜਾ ਡਾਟਾ ਹੈ ਜਿਹੜਾ ਇਸ ਰਿਪੋਰਟ ਦੇ ਵਿੱਚ ਵੀ ਆਉਂਦਾ, ਉਹਦੇ ਵਿੱਚ ਉਹਨਾਂ ਦਾ ਡਾਟਾ ਹੈ ਕਿ ਜਿਹੜਾ ਹਿੰਦੁਸਤਾਨ 10% ਤੋਂ ਘੱਟ ਬੱਚਾ ਹੈ ਜਿਹਨੂੰ ਸਹੀ ਖੁਰਾਕ ਮਿਲ ਰਹੀ ਹੈ 6 ਮਹੀਨੇ ਤੋਂ ਲੈ ਕੇ 23 ਦੇ, ਇਹ ਉਹਦੀ ਗਰੋਇੰਗ ਏਜ ਹੈ।
जे उस अज की तरीक भी 90% बच्चे वो खुराक नहीं मिल रही जो उन्होंने मिलनी चाहिए है तो जो बड़ा होएगा या जो औरत लड़कियां बड़िया होकर बच्चे पैदा कर सारा बड़ा लंबी देर तक डॉक्टर जवान से तुम्हें क्या कि जल्दी है असी हालात सुधरन वाल नहीं जा सकते कि मैं एक चीज़ समझा दो हमेशा सरकार ये कहती है कि सानू विरासत चो मिलिया विरसे चो मिलिया असी की करिए ये विरसे तो मिली हुई चीज़ है सारी जां ये पिछले 6 सालों दे विच जां 5 सालों दे विच ये हालात बन गए नहीं जे तुसी कहो मेरे को सारे अंकड़े पे 2006 तो लेके जो तकरे जो दा इंडेक्स शुरू होया नहीं मैं देखो टू बी फेयर ये चीज़ा बहुत देर तो चलिया आ रही ये इंडिपेंडेंस तो पहला दिया चलिया आ रही एक सुधार करने की कोशिश है ये इंडेक्स भी इसे गल बनाया गया भी इसको इंप्रूव किया जाए जी तुम वो गल करते हो कि 55 रैंक तो इसी पिछे आ गए उस मौके जो रैंकिंग होंगी सी जो कुछ कंट्रीज बाहर रख दिया जाता बहुत बड़ा सो 44 कंट्री बाहर रेंदे पैरामीटर भी अलग अलग पैरामीटर के नाल जो आप कर भी लीए तो थोड़ा बहुत पैरामीटर चेंज करके हो गया तो 99 तक खड़े हूँ 99 तो 102 से चले गए नहीं हुण असीं खुशी मनाईए गम मनाईए की करिए पहला तो असीं खुशी मनाउंदे सीगे असीं पाकिस्तान नेपाल भूटान श्रीलंका इन्हां तों अगे हैगे नेपाल तों अगे हैगे हुण तां उत्थे भी खुशी नहीं मनाउंदे खुशी वाली गल कोई नहीं है इह विच परेशानी वाली सिर्फ गल इह आ कि जदों असीं कह रहे हैं कि साडी ग्रोथ अच्छी हो रही है जदों असीं कह रहे हैं कि इस चीज़ बाकी अचीव कर रहे हैं तां इस तरफ असीं जां तां स्ट्रैटिक है जां थोड़ा जिहा पिछे जा रहे हैं पिछे जा रहे हैं ठीक है इंप्रूवमेंट क्यों नहीं हो रही वो एक बड़ा मुद्दा है और इंप्रूवमेंट स्लो होएगी और उहदे जिहड़े 2-3 इंडीकेटर ने जिहड़ा वेस्टिंग का इंडीकेटर है वो होर भी ज़्यादा परेशान करता उस विच डिटीरिएशन शार्प है ठीक है एक मिनट मैं होर गल करा कि इहदा एक इंडेक्स जिहड़ा है कि चाइल्ड मोर्टैलिटी जिहड़ी है उहदे विच लगातार इंप्रूवमेंट हो रही है और होंदी रहनी है सारियां सरकारां दे दौरान हुई है इहदे दौरान भी होएगी अगे भी होएगी क्योंकि WHO दे एफर्ट दे नाल बड़ी देर तो एक एफर्ट चल रहा उहदे कुछ रिजल्ट मिल रहे ने अगे भी इंप्रूवमेंट होएगी पर जिहड़ी वेस्टिंग और स्टंटिंग दा इशू है ਉਹ ਵੱਡਾ ਇਸ਼ੂ ਠੀਕ ਹੈ ਇਹ ਬਹੁਤ ਵੱਡਾ ਇਸ਼ੂ ਹੈਗਾ ਚਾਈਲਡ ਵੇਸਟਿੰਗ ਚਾਈਲਡ ਸਟੰਟਿੰਗ ਚਾਈਲਡ ਮੋਰਟੈਲਿਟੀ ਦਾ ਸਾਰਾ ਜ਼ਿਕਰ ਆ ਰਿਹਾ ਡਾਕਟਰ ਗਰਗ ਹਾਂਜੀ ਤੁਸੀਂ ਅਕਸਰ ਮਿਡ ਡੇ ਮੀਲ ਦਾ ਜ਼ਿਕਰ ਕਰਦੇ ਰਹਿੰਦੇ ਹੋ ਇੱਥੇ ਡਿਬੇਟ ਦੇ ਵਿੱਚ ਅਕਸਰ ਕਹਿੰਦੇ ਰਹਿੰਦੇ ਹੋ PDS ICDS ਇਹੋ ਜਿਹੀਆਂ ਕਈ ਸਕੀਮਾਂ ਹੈਗੀਆਂ ਸਰਕਾਰ ਦੀ ਕੋਈ ਸਕੀਮ ਕਾਮਯਾਬ ਨਹੀਂ ਹੈ ਦੇਖੋ ਇੱਕ ਗੱਲ ਹੈਗੀ ਹੈ ਪਹਿਲੀ ਗੱਲ ਤਾਂ ਉਹਨਾਂ ਸਕੀਮਾਂ 'ਤੇ ਲਗਾਤਾਰ ਬਜਟ ਕੱਟਿਆ ਜਾ ਰਿਹਾ ਮਿਡ ਡੇ ਮੀਲ 'ਤੇ ਵੀ ਕੱਟਿਆ ਜਾ ਰਿਹਾ ਅਤੇ ਜਿਹੜੀ ICDS ਸਕੀਮ ਆ ਉਹਦੇ 'ਤੇ ਵੀ ਕੱਟਿਆ ਜਾ ਰਿਹਾ ਦੂਜੀ ਗੱਲ ਉਸ ਨੂੰ ਕੋਸ਼ਿਸ਼ ਕਰੀ ਜਾ ਰਹੀ ਹੈ ਵੀ ਉਸ ਨੂੰ ਵੀ ਕਾਰਪੋਰੇਟਾਈਜ਼ ਕਰਿਆ ਜਾਵੇ ਜਿਹੜਾ ਉੱਥੇ ਦਲੀਆ ਖਿਚੜੀ ਵਗੈਰਾ ਬਣਾ ਕੇ ਉਹ ਦਿੰਦੇ ਨੇ ਉਹਦੀ ਹੁਣ ਕੋਸ਼ਿਸ਼ ਹੋ ਰਹੀ ਹੈ ਵੀ ਰੈਡੀਮੇਡ ਫੂਡ ਉਹਨਾਂ ਨੂੰ ਦਿੱਤੀ ਜਾਵੇ ਬਹਾਨਾ ਲਾਇਆ ਜਾ ਰਿਹਾ ਨਾਲ ਵੀ ਅਸੀਂ ਉਹਨੂੰ ਆਹ ਵਿਟਾਮਿਨ ਦੇ ਦਾਂਗੇ ਫਲਾਣਾ ਦੇ ਦਾਂਗੇ ਫੋਰਟੀਫਾਈਡ ਫੂਡ ਹੋਏਗੀ ਇੱਕ ਤਾਂ ਇਹ ਹੈ ਇੱਕ ਦੂਜੀ ਗੱਲ ਦੋ ਅਰਥਸ਼ਾਸਤਰੀ ਅਤੇ ਪੋਲੀਟੀਕਲ ਸਾਇੰਟਿਸਟ ਬੈਠੇ ਨੇ ਮੈਂ ਇਹਨਾਂ ਤੋਂ ਮਾਫੀ ਮੰਗਦਾ ਹੋਇਆ ਕਹਾਂਗਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਸੌ ਕਾਲ ਦਾ ਆਰਥਿਕ ਸੁਧਾਰ ਨੇ ਉਹਨਾਂ ਦੀ ਸਪੀਡ ਬਹੁਤ ਤੇਜ਼ ਕਰਤੀ ਉਹ ਬਹੁਤ ਤੇਜ਼ ਹੋਣ ਨਾਲ ਜੋ ਖਾਲਸ ਸਾਹਿਬ ਨੇ ਕਿਹਾ ਜੋ ਜਗਵੰਤ ਜੀ ਨੇ ਕਿਹਾ ਹੈ ਕਿ ਉਹ ਜਿਹੜਾ ਪਾੜਾ ਉਹ ਬਹੁਤ ਤੇਜ਼ੀ ਨਾਲ ਵਧਿਆ ਆ ਪਿਛਲੇ 5-6 ਸਾਲ 'ਚ ਜ਼ਿਆਦਾ ਤੇਜ਼ੀ ਨਾਲ ਪਾੜਾ ਵਧਿਆ ਜਿਹਦਾ ਨਤੀਜਾ ਇਹ ਨਿਕਲਿਆ ਹੈ ਕਿ ਇੱਕ ਪਾਸੇ ਜਿਹੜੀ ਪਿਛਲੇ ਸਾਲ ਹਿੰਦੁਸਤਾਨ ਦੀ ਟੋਟਲ ਵੈਲਥ ਕ੍ਰੀਏਟ ਹੋਈ ਯਾਨੀ ਕਿ ਪੂਰੇ ਹਿੰਦੁਸਤਾਨ ਜੋ ਵੈਲਥ ਕ੍ਰੀਏਟ ਹੋਈ ਉਹਦਾ 73% ਉੱਪਰ ਦੇ 1% ਲੋਕਾਂ ਕੋਲ ਗਿਆ ਫਿਰ ਉਹੀ ਸਵਾਲ ਨਾ ਰੱਜੇ ਰੱਜ ਰਹੇ ਆ ਹਾਂ ਇਹ ਇਹ ਇੱਕ ਇਹ ਪਾੜਾ ਅਰ ਇਹ ਰਿਪੋਰਟ ਦਾ ਪਾਰਟ ਹੈ ਇਹ ਰਿਪੋਰਟ ਦਾ ਪਾਰਟ ਹੈ ਇੱਕ ਸਾਲ ਉਹਨਾਂ ਨੇ ਰੱਖੇ ਹੀ ਇਹ ਇਕੁਇਟੇਬਲ ਡਿਸਟ੍ਰੀਬਿਊਸ਼ਨ ਉਹਨਾਂ ਨੇ ਕਿਹਾ ਬੰਗਲਾਦੇਸ਼ ਨੇ ਤੇ ਨੇਪਾਲ ਨੇ ਇਕੁਇਟੇਬਲ ਡਿਸਟ੍ਰੀਬਿਊਸ਼ਨ ਆਫ ਇਨਕਮ ਨਹੀਂ ਫਿਰ ਡਾਕਟਰ ਜਗਵੰਤ ਸਿੰਘ ਹਰੀ ਜਦੋਂ ਕਹਿੰਦੇ ਆ ਕਿ ਅਸੀਂ ਬਹੁਤ ਸਾਲਾਂ ਤੱਕ ਸੁਧਾਰ ਨਹੀਂ ਕਰ ਸਕਦੇ ਮੈਨੂੰ ਤਾਂ ਲੱਗਦਾ ਫਿਰ ਅਸੀਂ ਕਦੇ ਕਰ ਹੀ ਨਹੀਂ ਸਕਦੇ ਨਹੀਂ ਨਹੀਂ ਜੇ ਜਦ ਜੇ ਉਸ ਪਾਸੇ ਨੂੰ ਜਾਵਾਂਗੇ ਫਿਰ ਨਹੀਂ ਕਰ ਸਕਦੇ ਇਹ ਮੈਂ ਹੁਣ ਵੀ ਕਹਿਣਾ ਜੇ ਅਸੀਂ ਜਦ ਅਸੀਂ ਰੱਜੇ ਨੂੰ ਰਜਾਈ ਜਾਵਾਂਗੇ ਉਹਦੇ ਉੱਤੇ ਹੋਰ ਲੱਦੀ ਜਾਵਾਂਗੇ ਫਿਰ ਨਹੀਂ ਕਰ ਸਕਦੇ ਸਾਨੂੰ ਇਕੁਇਟੇਬਲ ਜਿਵੇਂ ਖਾਲਸਾ ਸਾਹਿਬ ਨੇ ਇੱਕ ਇਸ਼ਾਰਾ ਕਰਿਆ ਸੀ ਡਿਵੈਲਪਮੈਂਟ ਦੇ ਇਨਇਕੁਅਲਿਟੀ ਦਾ ਉਸ ਡਿਵੈਲਪਮੈਂਟ ਦੀ ਇਨਇਕੁਅਲਿਟੀ ਹੀ ਗਾਹਾਂ ਵੈਲਥ ਦੀ ਇਨਇਕੁਅਲਿਟੀ ਨੂੰ ਲੈ ਕੇ ਜਾਂਦੀ ਹੈ ਇੰਡੀਵਿਜੁਅਲ ਇਨਕਮ ਦੀ ਇਨਇਕੁਅਲਿਟੀ ਨੂੰ ਲੈ ਕੇ ਜਾਂਦੀ ਹੈ ਜਦ ਅਸੀਂ ਵਿਅਕਤੀਗਤ ਇਨਕਮ ਜਿਹੜੀ ਹੈ ਟੋਟਲ ਹਿੰਦੁਸਤਾਨ ਦੀ ਇੱਕ ਤਾਂ ਹੈਗੀ ਆਮਦਨ ਇੱਕ ਵੈਲਥ ਟੋਟਲ ਵੈਲਥ ਉੱਪਰ 1% ਕੋਲ 50% ਕਰੀਬ ਵੈਲਥ ਤਾਂ ਉਹਨਾਂ ਕੋਲ ਹੀ ਹੈ ਉੱਪਰ ਜਾਂ ਕੋਲ ਸੋ ਇਹ ਜਿਹੜੇ ਇੰਡੈਕਸ ਨੇ ਆਹ ਜਿਹੜਾ ਹਿਊਮਨ ਜਿਹੜਾ ਵਰਲਡ ਹੰਗਰ ਇੰਡੈਕਸ ਹੈ ਅਤੇ ਦੂਜੇ ਪਾਸੇ ਇੱਕ ਹਿਊਮਨ ਡਿਵੈਲਪਮੈਂਟ ਇੰਡੈਕਸ ਕੱਢਦੇ ਨੇ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਨੇ ਕਿ ਤੁਸੀਂ ਇਕੁਇਟੇਬਲ ਕਿੰਨਾ ਕਰਦੇ ਹੋ ਸਵਾਲ ਇਹ ਨਹੀਂ ਹੈ ਵੀ ਤੁਹਾਡੇ ਕੋਲ ਆਮਦਨ ਕਿੰਨੀ ਹੈ ਸਵਾਲ ਇਹ ਨਹੀਂ ਕਿ ਤੁਹਾਡਾ ਅਨਾਜ ਕਿੰਨਾ ਹੈ ਸਵਾਲ ਇਹ ਹੈ ਲੋਕਾਂ ਨੂੰ ਕਿੰਨਾ ਮਿਲਦਾ ਹੈ ਲੋਕਾਂ ਦੀ ਆਮਦਨ ਕਿੰਨੀ ਹੈ ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂ ਕਿ ਕੱਲਾ ਦੇਸ਼ ਭਗਤੀ ਦਾ ਝੰਡਾ ਚੁੱਕ ਕੇ ਜਾਂ ਰਾਸ਼ਟਰਵਾਦੀ ਰਾਜਨੀਤੀ ਕਰਕੇ ਭਾਰਤ ਰਚ ਨਹੀਂ ਸਕਦਾ ਉਸ ਨੂੰ
बराबरता देनी होगी, बराबर के अधिकार देने होंगे, बराबर दान देना होगा, तो ही ये आर्थिक असावा पाना जो समाजिक समाज में वखरेवा है वो सब खत्म हो सकता है। पर इस पास वाल तुरना पवेगा जो साड़ी वैल्थ के डाटे साढ़े सामने आते हैं कि भारत की वैल्थ का कितना हिस्सा केंद्र को है, फिर उदो चिंता सूँ ज़्यादा करनी चाहिए है। पर उदो असी खुश होने हो जाने क्योंकि असी पिछला पासा देखते नहीं, उपरला पासा देखते हैं, केंद्र असी इन्ने अमीर है कि बस इसे सुपने तो सूँ मार लिया। ब्रेक तो वापस आ रहा सवाल एक पुछ रहे, सवाल असं पुछ रहे विश्व हंगर इंडैक्स में भारत लगातार हेठा आंदा सियासत लिए की है मतलब। खालिद साहब मैं एक मिनट आ रहा थोड़े को, पुलर साहब एक सवाल का मैं जवाब दे दो, असी 5 ट्रिलियन की गल करते हैं कि अपने मुल्क के असी ये गल करके नाल असी वो चीज़ों में छुपा जाने जिथे साडा रुजगार जा रहा, जिथे साडी कंपनियां बंद हो रही, जिथे बच्चे भुखे मर रहे हैं, असी सब कुछ राष्ट्रवादी राजनीति के हेठा नपया होया। असल जिहड़ा धरातल हैगा, धरातल ते सानूं जाना पवेगा, सोचना पवेगा। ये ठीक है गल तुसी तुहाडी सरकार ने जां इस तों पहलां सरकारां ने बहुत स्कीमां चलाईयां हैगियां, पर स्कीमां धरातल ते किन्नियां उतरियां हैगियां पुलर साहब? देखो मेरा ख्याल है कि जिन्नियां मर्जी स्कीमां चला लईए इस उपराले वास्ते वो कितना कितने फेल्यूर रहनगियां जदों तक असी जिहड़ी पापूलेशन है उत्ते कंट्रोल नहीं करते। ये जिहड़े आंकड़े वध रहे ने कितना कितने पापूलेशन के वधन के नाल भी लिंक रखते हैं, क्योंकि पापूलेशन उस एरिए ज़्यादा वध रही है जिथे ऑलरेडी कपूषण है, जिथे ऑलरेडी हंगर है। और अगर तुम देखो तुम नज़र मार के तो जिथे कपोषण नहीं है, जिथे हंगर नहीं है, उत्थे अच्छ बच्चों की तादाद ही घट है। और बच्चों की पैदाइश सब तो ज़्यादा उस एरिए जिथे यदा सब तो ज़्यादा इफेक्ट है। ਜਦੋਂ ਤੱਕ ਅਸੀਂ ਪਾਪੂਲੇਸ਼ਨ ਤੇ ਵੀ ਕੰਟਰੋਲ ਨਹੀਂ ਕਰਦੇ ਹੈਗੇ ਕਿਤਨਾ ਕਿਤੇ ਸਾਨੂੰ ਇਸ ਚੀਜ਼ ਨੂੰ ਕਮਿਆ ਜਿਹੜਾ ਪੁੱਛਣਾ ਪੈਂਦਾ ਰੀਜ਼ਨ ਲੱਗਦਾ ਨਹੀਂ, ਪਾਪੂਲੇਸ਼ਨ ਬਹੁਤ ਵੱਡਾ ਰੀਜ਼ਨ ਹੈ। ਜੇ ਪਾਪੂਲੇਸ਼ਨ ਕੰਟਰੋਲ ਹੀ ਨਹੀਂ ਹੋਏਗੀ, ਇੱਕ ਪਰਿਵਾਰ ਹੈ ਜਿਹਨੂੰ ਆਪਣੇ ਖਾਣ ਲਈ ਤੇ ਰੋਟੀ ਨਹੀਂ ਮਿਲ ਰਹੀ, ਲੇਕਿਨ ਹਰ ਸਾਲ ਇੱਕ ਬੱਚਾ ਪੈਦਾ ਕਰ ਦਿੰਦਾ ਹੈ, ਤੇ ਉਹ ਬੱਚੇ ਦੀ ਰੋਟੀ ਕਿੱਥੋਂ ਆਉਣੀ ਹੈ? ਠੀਕ ਠੀਕ ਹੈ, ਮੈਂ ਇਸ ਵਾਰ ਡਾਟਾ ਦੇ ਉਸ ਗਰਾਊਂਡ ਤੋਂ ਵੀ ਲਿਆ ਗਿਆ ਨਾ। ਖਾਲੀ ਸਾਹਿਬ ਤੁਸੀਂ ਇਸ ਸਵਾਲ ਦੇ ਨਾਲ ਇਤਫਾਕ ਰੱਖਦੇ ਹੋ, ਮੈਂ ਤੁਹਾਡੇ ਤੋਂ ਮਿਡ ਡੇ ਮੀਲ ਅਤੇ ਹੋਰ ਜਿਹੜੀਆਂ ਸਕੀਮਾਂ ਸਰਕਾਰੀ ਜੋ ਮੈਂ ਉਹਦੇ ਬਾਰੇ ਸਵਾਲ ਕਰਨਾ ਚਾਹੁੰਦਾ, ਪਰ ਇਸ ਸਵਾਲ ਦੇ ਨਾਲ ਇਤਫਾਕ ਰੱਖਦੇ ਹੋ ਕਿ ਪਾਪੂਲੇਸ਼ਨ ਬਹੁਤ ਵੱਡਾ ਰੀਜ਼ਨ ਹੈ? ਦੇਖੋ ਇੱਦਾਂ ਹੈਗਾ ਕਿ ਪਾਪੂਲੇਸ਼ਨ ਜਿਹੜੀ ਹੈਗੀ ਹੈ ਉਹ ਜਿਓਮੈਟ੍ਰੀਕਲੀ ਇਨਕਰੀਜ਼ ਹੁੰਦੀ ਹੈ, ਔਰ ਜਿਹੜੀ ਇਕਨੋਮਿਕ ਡਿਵੈਲਪਮੈਂਟ ਹੁੰਦੀ ਹੈ ਅਰਥਮੈਟਿਕਲੀ ਜਿਹੜੀ ਹੈਗੀ ਹੈ ਇਹ ਕਿਹਾ ਜਾਂਦਾ ਇਨਕਰੀਜ਼ ਹੁੰਦੀ ਹੈ। ਪਾਪੂਲੇਸ਼ਨ ਇੱਕ ਫੈਕਟਰ ਤਾਂ ਹੋ ਸਕਦਾ, ਲੇਕਿਨ ਪਾਪੂਲੇਸ਼ਨ ਦੀ ਗਰੋਥ ਸੋਲ ਫੈਕਟਰ ਨਹੀਂ ਹੈ। ਫੋਰ ਐਗਜ਼ਾਮਪਲ, ਪਾਪੂਲੇਸ਼ਨ ਸਾਡੇ ਕੋਲ ਸੀਗੀ, ਸਾਡੇ ਕੋਲ ਇੰਸਟੀਟਿਊਸ਼ਨ ਸੀਗੇ, ਅਸੀਂ ਉਹਨਾਂ ਨੂੰ ਟ੍ਰੇਨ ਕਰ ਲਿਆ, ਸਾਡੀ ਇੱਕ ਬਹੁਤ ਵੱਡੀ ਪਾਵਰ ਬਣ ਗਈ ਪਾਪੂਲੇਸ਼ਨ। ਔਰ ਉਹ ਪਾਪੂਲੇਸ਼ਨ ਜਿਹੜੀ ਹੈਗੀ ਹੈ ਇੰਡੀਅਨ ਡਾਇਸਪੋਰਾ ਦੇ ਰੂਪ ਦੇ ਵਿੱਚ ਪੂਰੀ ਵਰਲਡ ਦੇ ਵਿੱਚ ਸਾਨੂੰ ਰਿਮਿਟੈਂਸਿਸ ਵੀ ਭੇਜ ਰਹੀ ਹੈ, ਔਰ ਇੰਡੀਆ ਦਾ ਨਾਮ ਵੀ ਬੁਲੰਦ ਕਰ ਰਹੀ ਹੈ। ਸਭ ਤੋਂ ਜ਼ਿਆਦਾ ਸਾਡੇ ਕੋਲ ਸਾਰੇ ਆ, ਸਭ ਤੋਂ ਜ਼ਿਆਦਾ ਆ ਰਹੇ ਸਿਲੀਕੋਨ ਵੈਲੀ ਦੇ ਐਗਜ਼ਾਮਪਲ ਲੈ ਲਓ, ਤੁਸੀਂ ਅਮੈਰੀਕਾ ਯੂਰਪ ਦੀ ਐਗਜ਼ਾਮਪਲ ਲੈ ਲਓ, ਹਰ ਜਗ੍ਹਾ ਤੇ ਇੰਡੀਅਨ ਬੈਠਾ। ਸਾਡੀ ਪਾਪੂਲੇਸ਼ਨ ਸੀਗੀ, ਅਸੀਂ ਇੰਸਟੀਟਿਊਸ਼ਨ ਕ੍ਰੀਏਟ ਕੀਤੇ, ਉਹਨਾਂ ਇੰਸਟੀਟਿਊਸ਼ਨ ਦੇ ਵਿੱਚ ਪਾਪੂਲੇਸ਼ਨ ਦਾ ਸ਼ਕਤੀ ਮੰਨ ਕੇ ਚੱਲਦੇ ਆ, ਸ਼ਕਤੀ ਮੰਨ ਕੇ ਚੱਲਦੇ ਆ, ਲੇਕਿਨ ਗੱਲ ਇਹ ਹੈਗੀ ਹੈ ਕੁਆਲਿਟੀ ਆਫ ਪਾਪੂਲੇਸ਼ਨ ਇਜ਼ ਵੈਰੀ ਇੰਪੋਰਟੈਂਟ। ਹਾਂ, ਇਹ ਸਵਾਲ ਕਿ ਕਿਆ ਅਸੀਂ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਹੈ, ਕਿਆ ਉਹਦੀ ਕੁਆਲਿਟੀ ਕਿੰਨੀ ਇਨਕਰੀਜ਼ ਕਰ ਰਹੇ ਹਾਂ? ਦੇਖੋ ਅਸੀਂ ਲੱਖਾਂ ਹੀ ਡਾਕਟਰ ਪੈਦਾ ਕਰ ਰਹੇ ਹਾਂ, ਇੰਜੀਨੀਅਰਸ ਪੈਦਾ ਕਰ ਰਹੇ ਹਾਂ, ਨਰਸਿਸ ਪੈਦਾ ਕਰ ਰਹੇ ਹਾਂ, ਪੈਰਾਮੈਡੀਕਲ ਸਟਾਫ ਪੈਦਾ ਕਰ ਰਹੇ ਹਾਂ, ਔਰ ਵਰਲਡ ਪੂਰੀ ਵਰਲਡ ਨੂੰ ਸਪਲਾਈ ਵੀ ਕਰ ਰਹੇ ਹਾਂ। ਉਹ ਸਾਡੀ ਇੱਕ ਜਿਹੜੀ ਹੈਗੀ ਸਟਰੈਂਥ ਹੈ। ਇਸ ਕਰਕੇ ਇਕੱਲੀ ਪਾਪੂਲੇਸ਼ਨ ਨੂੰ ਆਪਾਂ ਬਲੇਮ ਨਹੀਂ ਕਰ ਸਕਦੇ ਹਾਂ। ਜਿਹੜੀਆਂ ਗਵਰਨਮੈਂਟ ਦੀਆਂ ਪੋਲਿਸੀਜ਼ ਹੈ, ਜਿਹੜੀਆਂ ਲੋਪਸਾਈਡਿਡ ਪੋਲਿਸੀਜ਼ ਹੈਗੀਆਂ, ਜਾਂ ਜਿਹੜੀਆਂ ਪ੍ਰਾਇਰਟੀਜ਼ ਹੈ, ਉਹ ਪ੍ਰਾਇਰਟੀਜ਼ ਜਿਹੜੀਆਂ ਹੈਗੀਆਂ ਉਹ ਗਲਤ ਤਰੀਕੇ ਦੇ ਨਾਲ ਅਪਣਾਉਣੀਆਂ, ਉਹ ਸਾਰੀਆਂ ਚੀਜ਼ਾਂ ਹੈਗੀਆਂ। ਦੂਸਰੀ ਮੈਂ ਇਹ ਗੱਲ ਕਹੂੰਗਾ ਕਿ ਜਿਸ ਵੇਲੇ ਸਾਡਾ ਦੇਸ਼ ਆਜ਼ਾਦ ਹੋਇਆ, ਉਸ ਵੇਲੇ ਸਾਡੇ ਕੋਲ ਥਾਂ ਕੀ 36 ਕਰੋੜ ਪਾਪੂਲੇਸ਼ਨ ਸੀਗੀ, ਲੇਕਿਨ ਉਸ ਤੋਂ ਬਾਅਦ ਐਗਰੀਕਲਚਰ ਕਿੱਥੇ ਸੀਗੀ? ਸਬਸਿਸਟੈਂਸ ਐਗਰੀਕਲਚਰ ਤੇ ਸਾਡੇ ਕੋਲ ਐਗਰੀਕਲਚਰ ਉਹ ਤੋਂ ਨਿਕਲਣ ਵਾਸਤੇ ਜਿਹੜਾ ਗ੍ਰੀਨ ਰੈਵੋਲਿਊਸ਼ਨ ਦਾ ਹੋਇਆ, ਗ੍ਰੀਨ ਰੈਵੋਲਿਊਸ਼ਨ ਆਇਆ, ਉਹ ਗ੍ਰੀਨ ਰੈਵੋਲਿਊਸ਼ਨ ਕੁਛ ਇਲਾਕੇ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ, ਉਸ ਤੋਂ ਅੱਗੇ ਵਧੇ ਹੀ ਨਹੀਂ। ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਸਾਨੂੰ ਇੱਕ ਹੋਰ ਰੈਵੋਲਿਊਸ਼ਨ ਦੀ, ਗ੍ਰੀਨ ਰੈਵੋਲਿਊਸ਼ਨ ਦੀ ਲੋੜ ਹੈ। ਇਸੇ ਤਰੀਕੇ ਦੇ ਨਾਲ ਜਿਹੜੀਆਂ ਪੋਲਿਸੀਜ਼ ਹੈਗੀਆਂ ਇਕਨੋਮਿਕ ਰਿਵਾਈਵਲ ਦੀਆਂ, ਉਹਦੇ ਬਾਰੇ ਅਗਰ ਆਪਾਂ ਨੂੰ ਚਿੰਤਾ ਨਹੀਂ ਹੋਊਗੀ ਤਾਂ ਆਪਾਂ ਕੁਛ ਲੋਕਾਂ ਨੂੰ ਹੀ ਸਾਰਾ ਬੈਨੀਫਿਟ ਦਿੰਦੇ ਚਲੇ ਜਾਵਾਂਗੇ, ਤਾਂ ਉਹਦੇ ਨਾਲ ਜਿਹੜਾ ਹੈਗਾ ਆਮ ਜਨਤਾ ਉਸ ਨਹੀਂ ਰਹੇਗੀ ਜਿਸ ਤਰੀਕੇ ਦੇ ਨਾਲ ਰਹਿ ਰਹੀ ਹੈ। ਸਾਡੇ ਕੋਲ ਯਾਨੀ ਇੰਡੀਆ ਐਸਾ ਕੰਟਰੀ ਹੈ ਜਿਹਦੇ ਵਿੱਚ ਰਿਚੈਸਟ ਆਫ ਦਾ ਰਿਚ ਵੀ ਰਹਿ ਰਿਹਾ, ਪੂਅਰੈਸਟ ਆਫ ਦਾ ਪੂਅਰ ਵੀ ਰਹਿ ਰਿਹਾ। ਜਦੋਂ ਅਸੀਂ ਅਖਬਾਰ 'ਚ ਖਬਰ ਪੜ੍ਹਦੇ ਹਾਂ ਵੀ ਸਾਡੀ ਕੰਟਰੀ ਦਾ ਐਡਾ ਅਮੀਰ ਬੰਦਾ, ਪਿੱਛੇ ਤਾਂ ਅਸੀਂ ਦੇਖਦੇ ਨੇ ਵੀ ਉਦੋਂ ਅਸੀਂ ਬੜੇ ਖੁਸ਼ ਹੁੰਦੇ ਹਾਂ। ਜਦੋਂ ਆ ਭੁੱਖੇ ਭਾਰਤ ਦੀ ਖਬਰ ਆਉਂਦੀ ਆ ਉਦੋਂ ਕਹਿੰਦੇ ਹਾਂ ਸਾਡੇ ਕੋਲ ਭੁੱਖੇ ਜਵਾਕ ਵੀ ਹੈਗੇ ਆ, ਭੁੱਖਮਰੀ ਵੀ ਹੈਗੀ ਆ, ਬੱਚੇ ਮਰ ਵੀ ਰਹੇ ਹੈਗੇ ਆ, ਉਦੋਂ ਸਾਨੂੰ ਚਿੰਤਾ ਪੈ ਜਾਂਦੀ ਆ। ਚਿੰਤਾ ਸਿਰਫ 5-7 ਦਿਨ ਰਹਿੰਦੀ ਆ, ਉਸ ਤੋਂ ਬਾਅਦ ਫਿਰ ਅਸੀਂ ਉਸ ਅਮੀਰੀ ਦੇ ਅਤੇ ਡਾਟਾ ਜਿਹੜਾ ਸਾਨੂੰ ਫ੍ਰੀ ਮਿਲਦਾ ਉਹ ਸੁਪਨਿਆਂ 'ਚ ਗਵਾ ਜਾਂਦੇ। ਖਾਲੀ ਸਾਹਿਬ ਦੇਖੋ ਇੱਦਾਂ ਹੈਗਾ ਕਿ ਜਿਸ ਵੇਲੇ ਤੁਸੀਂ
ਹੰਗਰ ਇੰਡੈਕਸ ਦੀ ਨਹੀਂ ਗੱਲ ਕਰਦੇ, ਅਦਰਵਾਈਜ਼ ਹੀ ਆਪਾਂ ਦੇਖਦੇ ਹਾਂ ਕਿ ਆਪਾਂ 5-star ਹੋਟਲ ਦੇ ਵਿੱਚ ਬੈਠੇ ਬੰਦਾ ਔਰ ਨੀਚੇ ਜਾਏਗਾ 10,000 ਝੁੱਗੀ ਹੈ ਜਿੱਥੇ ਰੋਟੀ ਵੀ ਨਹੀਂ ਮਿਲ ਰਹੀ। ਇਹ ਜਿਹੜਾ ਹੈਗੀ ਇਹ ਵਿਡੰਬਨਾ ਜਿਹੜੀ ਹੈਗੀ ਹੈ ਇਹਨੂੰ ਦੂਰ ਕਰਨ ਵਾਸਤੇ ਇਹ ਜ਼ਰੂਰੀ ਹੈ ਕਿ ਇੱਕ ਬੈਲੈਂਸਡ ਗਰੋਥ ਜਿਹੜੀ ਹੈਗੀ ਹੈ ਕੀਤੀ ਜਾਵੇ ਉਸ ਇਲਾਕੇ ਦਾ ਔਰ ਉਹਨਾਂ ਲੋਕਾਂ ਦਾ ਖਿਆਲ ਰੱਖਿਆ ਜਾਵੇ ਜਿਹੜਾ ਵਾਕਈ ਪਿਸ ਰਹੇ ਹੈ। ਇਸ ਭਾਰਤ ਦੇ ਵਿੱਚ 20 ਕਰੋੜ ਤੋਂ ਵੱਧ ਲੋਕ ਭੁੱਖੇ ਸੌਂਦੇ ਆ। ਡਾਕਟਰ ਜਗਵੰਤ ਸਿੰਘ, ਸਵਾਲ ਇਹ ਹੈਗਾ ਕਿਤੇ ਇਸ ਸਾਰੇ ਦੇ ਵਿੱਚ ਜੋ ਕੁਛ ਹੈਗਾ ਇਹ ਨਹੀਂ ਹੈਗਾ ਕਿ ਕੇਂਦਰ ਨੇ ਸਕੀਮਾਂ ਨਹੀਂ ਚਲਾਈਆਂ ਜਾਂ ਕੇਂਦਰ ਨੂੰ ਪਤਾ ਨਹੀਂ, ਕੇਂਦਰ ਦੀਆਂ ਅੱਖਾਂ ਬੰਦ ਨਹੀਂ ਹੈਗੀਆਂ ਨਾ ਸਟੇਟ ਗੌਰਮੈਂਟਸ ਦੀਆਂ ਅੱਖਾਂ ਬੰਦ ਹੈਗੀਆਂ। ਜਗਵੰਤ ਸਿੰਘ ਜੀ, ਕੀ ਕਰਪਸ਼ਨ ਦੀ ਵਜ੍ਹਾ ਕਰਕੇ ਅਸੀਂ ਅੱਗੇ ਨਹੀਂ ਵੱਧ ਪਾ ਰਹੇ, ਉਹ ਫੈਕਟਰ ਹੈ ਜਾਂ ਨਹੀਂ? ਇਹ ਕਰਪਸ਼ਨ ਵੀ ਆਪਣੇ ਆਪ 'ਚ ਇੱਕ ਫੈਕਟਰ ਹੈ, ਪਰ ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਕਿ ਜਿੰਨੀ ਬਜਟ ਐਲੋਕੇਸ਼ਨ ਆ ਉਹ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਮੇਰੀ ਗੱਲ ਸ਼ਾਇਦ ਮੈਂ ਆਪਣੇ ਸਹੀ ਤਰੀਕੇ ਨਾਲ ਕਹਿ ਨਹੀਂ ਪਾਇਆ, ਮੈਂ ਗੱਲ ਕਹਿਣੀ ਚਾਹੁੰਦਾ ਸੀ ਕਿ ਜੇ ਸਾਡੇ ਕੋਲ ਫੂਡ ਗ੍ਰੇਨ ਦਾ ਐਕਸੈਸ ਬਫਰ ਸਟਾਕ ਹੈ ਉਹ ਪਿਆ ਗਲ ਜਾਂਦਾ, ਚੂਹੇ ਖਾ ਜਾਂਦੇ ਆ, ਪਰ ਸਾਡਾ ਸਿਸਟਮ ਇਹ ਇਨਸ਼ੋਰ ਨਹੀਂ ਕਰਦਾ ਵੀ ਜੇ ਸਾਡੇ ਕੋਲ ਸਟਾਕ ਹੈ ਤਾਂ ਇਹ ਖਾਲੀ ਪੇਟ ਜਿਹੜੇ ਭੁੱਖੇ ਪੇਟ ਆ ਉਹਨਾਂ ਤੱਕ ਵੀ ਪਹੁੰਚੇ। ਜਦੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਸਟਾਕ ਹੈ, ਜਦੋਂ ਅਸੀਂ ਕਹਿੰਦੇ ਸਾਡੇ ਐਗਰੀਕਲਚਰ ਦੀ ਗਰੋਥ ਹੈ, ਦੂਸਰੀ ਤਰਫ ਇਹ ਕਹਿੰਦੇ ਸਾਡੀ ਇਕਨੋਮੀ ਵੀ ਗਰੋ ਕਰ ਰਹੀ ਹੈ, ਪਰ ਨਾਲ ਦੀ ਨਾਲ ਤੁਹਾਡੇ ਕੋਲ ਜਿਹੜਾ ਹੰਗਰ ਇੰਡੈਕਸ ਉਹ ਸ਼ੋਅ ਕਰ ਰਿਹਾ ਕਿ ਤੁਹਾਡੇ ਕੋਲ ਵੱਡੀ ਪਾਪੂਲੇਸ਼ਨ ਨੂੰ ਖਾਣਾ ਖਾਣ ਨੂੰ ਨਹੀਂ ਮਿਲ ਰਿਹਾ। ਜਦੋਂ ਅਸੀਂ ਸੋਚੀਏ ਬਫਰ ਸਟੋਕ ਸਾਂਭਣਾ ਕਿੰਨੇ ਆ, ਸੈਂਟਰ ਦੀਆਂ ਏਜੰਸੀਆਂ, ਸਟੇਟ ਦੀਆਂ ਏਜੰਸੀਆਂ ਲੜਦੀਆਂ ਰਹਿੰਦੀਆਂ ਹੈਗੀਆਂ, ਗੋਦਾਮਾਂ ਲਈ ਜਗ੍ਹਾ ਨਹੀਂ ਹੈਗੀ, ਖੁੱਲ੍ਹੇ ਵਿੱਚ ਅਨਾਜ ਸੜ ਜਾਂਦਾ ਹੈਗਾ, ਅਤੇ ਜਿਹੜਾ ਅਨਾਜ ਸੜਦਾ ਹੈਗਾ ਤੁਹਾਨੂੰ ਪਤਾ ਹੁੰਦਾ ਕੀ ਬਣਦਾ, ਮੈਂ ਤਾਂ ਨਾਮ ਹੀ ਨਹੀਂ ਲੈਣਾ ਚਾਹੁੰਦਾ ਕੀ ਕੁਛ ਬਣਦਾ ਉਹਨਾਂ ਦਾ, ਸਾੜਿਆ ਜਾਂਦਾ। ਉਹਦੇ ਵਿੱਚੋਂ ਕਰਪਸ਼ਨ ਕਈ ਤਰੀਕੇ ਦੀ ਨਿਕਲਦੀ ਹੈ, ਪੰਜਾਬ ਉਹਦਾ ਬੜੀ ਬੁਰੀ ਤਰ੍ਹਾਂ ਕਹਿ ਲਓ ਕਿ ਇਸ ਮੌਕੇ ਜਿਹੜਾ ਫਸਿਆ ਉਹਦੇ ਵਿੱਚ, ਮੈਂ ਪਹਿਲਾਂ ਵੀ ਗੱਲ ਕੀਤੀ ਬੜੀਆਂ ਚੀਜ਼ਾਂ ਲੋਕ ਫੂਡ ਕਾਰਪੋਰੇਸ਼ਨ ਦੇ ਵਿੱਚੋਂ ਜੋ ਗਿਆ ਅਤੇ ਉਹਦੇ ਪੰਜਾਬ ਨੂੰ ਜੋ ਇੰਨਾ ਵੱਡਾ ਕਰਜ਼ਾ ਪੰਜਾਬ 'ਤੇ ਚੜਿਆ, ਉਹ ਸਾਰੇ ਮੁੱਦੇ ਹੈਗੇ ਸਾਡੇ ਕੋਲ। ਇਹਦਾ ਮਤਲਬ ਹੈ ਸਭ ਕੁਛ ਹੈ, ਅਸੀਂ ਆਪ ਭਾਰਤ ਨੂੰ ਭੁੱਖਾ ਮਾਰ ਰਹੇ ਹਾਂ। ਅਸੀਂ ਬਿਲਕੁਲ ਉਸ ਤਰੀਕੇ ਦੀ ਪਾਲਿਸੀ ਨੂੰ ਵਿਗਰਸਲੀ ਪਰਸਿਊ ਨਹੀਂ ਕਰ ਰਹੇ ਜਿਹਦੇ ਨਾਲ ਜਿਹੜਾ ਸਭ ਤੋਂ ਗਰੀਬ ਵਰਗ ਹੈ ਉਹਦੇ ਪੇਟ ਰੋਟੀ ਪਵੇ। ਟੋਟਲ ਪਾਲਿਸੀ ਦੇ ਵਿੱਚੋਂ ਸਾਡੀ ਇਹ ਪਾਲਿਸੀ ਫੇਲੀਅਰ, ਪਾਲਿਸੀ ਇੰਪਲੀਮੈਂਟੇਸ਼ਨ ਫੇਲੀਅਰ ਦੀ ਆਏਗੀ, ਪਰ ਨਾਲ ਦੀ ਨਾਲ ਮੈਂ ਇਹ ਗੱਲ ਕਹਾਂਗਾ ਕਿ ਸਾਡੀ ਟੋਟਲ ਪਾਲਿਸੀ ਦੇ ਵਿੱਚ ਇੱਦਾਂ ਦੀਆਂ ਬੜੀਆਂ ਇੱਕ ਕੰਟਰਾਸਟਿੰਗ ਪਿਕਚਰ ਆਉਂਦੀ ਹੈ। ਮੈਂ ਹੁਣ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜਿਹੜੀ ਰੀਸੈਂਟਲੀ ਹੈ। ਆਪਾਂ ਨੂੰ ਪਤਾ ਕਿ ਕਾਰਪੋਰੇਟ ਟੈਕਸ ਘਟਾਇਆ ਗਿਆ 1,45,000 ਕਰੋੜ ਦਾ, ਉਹਦੇ ਵਿੱਚ ਟੈਕਸ ਘਟਿਆ। ਮੈਂ ਉਸ ਸੋਚਿਆ ਵੀ ਕਿਉਂ ਕੀਤਾ, ਇੱਥੇ ਸ਼ਾਪ ਡਿਸਕਸ ਵੀ ਕੀਤਾ ਅਤੇ ਉਹਦੇ ਵਿੱਚ ਵੀ ਚਾਈਨਾ ਤੋਂ ਇੱਥੇ ਐਲੋਕੇਟ ਹੋਣਗੇ। ਟੋਟਲ 3 ਹੋਈਆਂ, 3% ਵੀ ਨਹੀਂ ਹੋਈਆਂ ਜਿਹਨਾਂ ਨੇ ਇੰਡੀਆ ਨੂੰ ਪ੍ਰੈਫਰ ਕੀਤਾ। ਕੀ ਉਹ 1,45,000 ਦੀ ਬਜਾਏ 1,25,000 ਕਰਕੇ 20,000 ਕਰੋੜ ਇਹ ਜਿਹੜੇ ਭੁੱਖੇ ਪੇਟ ਹੈ ਉਹਨਾਂ ਨੂੰ ਨਹੀਂ ਦਿੱਤਾ ਜਾ ਸਕਦਾ? ਠੀਕ ਠੀਕ, ਉਸ ਮੌਕੇ ਤੁਹਾਨੂੰ ਲੱਗਦਾ ਕਿ ਪਾਲਿਸੀਆਂ ਗਲਤ ਨੇ? ਬਹੁਤ ਇੰਪੋਰਟੈਂਟ ਸਵਾਲ ਹੈ ਡਾਕਟਰ ਕਰਕੇ। ਇੱਕ ਗੱਲ ਤੁਸੀਂ ਕਹੀ ਸੀ ਕੈਲੋਰੀ ਸਾਨੂੰ ਪੂਰੀ ਨਹੀਂ ਮਿਲਦੀ ਪਈ ਹੈਗੀ, ਕੈਲੋਰੀ ਪੂਰੀ ਨਹੀਂ ਮਿਲੂਗੀ, ਇਹਦਾ ਮਤਲਬ ਖੁਰਾਕ ਪੂਰੀ ਨਹੀਂ ਮਿਲਦੀ ਪਈ ਹੈਗੀ, ਜਲਦੀ ਮਰਨਗੇ, ਅਤੇ ਜਦੋਂ ਜਲਦੀ ਮਰਾਂਗੇ ਤਾਂ ਫਿਰ ਜਿਹੜਾ ਭਵਿੱਖ ਹੈ ਸਾਡਾ ਇਹੋ ਜਿਹਾ ਹੀ ਹੋਊਗਾ। ਮੈਂ ਥੋੜ੍ਹੀ ਗੱਲ ਇੱਕ ਪਹਿਲਾਂ ਤਾਂ ਮੈਂ ਭੁੱਲਰ ਸਾਹਿਬ ਦੀ ਗੱਲ 'ਤੇ ਕਹਾਂਗਾ। 1975 ਦੇ ਵਿੱਚ ਅਸੀਂ ਪੂਰਾ ਸਰਵੇਖਣ ਕਰਿਆ ਪਾਪੂਲੇਸ਼ਨ ਕੰਟਰੋਲ ਦਾ, ਉਦੋਂ ਬੜਾ ਕਿਉਂਕਿ ਉਹ ਤੁਰਕਮਾਨ ਗੇਟ ਵਾਲਾ ਅਤੇ ਹੋਰ 76-77 ਚ ਕਰਿਆ, ਚੰਗੀ ਤਰ੍ਹਾਂ ਪਤਾ ਗਾਂਧੀ ਵਾਲਾ, ਅਸੀਂ ਉਹ ਸਰਵੇਖਣ ਕਰਿਆ ਤਾਂ ਉਹਦੇ ਵਿੱਚ ਜਿੱਥੇ ਇੱਕ ਬੱਚਾ ਗਰੀਬ ਦਾ ਬੱਚਾ ਜਿਹੜਾ ਉਹ 2 ਹੱਥ ਕਮਾਉਂਦਾ ਵੀ ਹੈ, ਤੁਸੀਂ ਹੁਣ ਵੀ ਦੇਖ ਲਓ ਗਰੀਬ ਦਾ ਬੱਚਾ ਕੰਮ ਕਰ ਰਿਹਾ, ਹਾਲਾਂਕਿ ਸਾਡੇ ਚਾਈਲਡ ਲੇਬਰ ਹੈ ਨਹੀਂ, ਪੰਜਾਬ ਦੇ ਵਿੱਚ ਵੀ ਚਾਈਲਡ ਲੇਬਰ ਹੈ, ਉਹਦੇ ਤੁਸੀਂ ਅੰਕੜੇ ਛਪੇ ਹੋਣੇ ਸਰਕਾਰ ਦੇ। ਇੱਕ ਗੱਲ, ਦੂਜੀ ਗੱਲ ਇਹ ਹੈ ਕਿ ਪੰਜਾਬ ਦੀ ਆਬਾਦੀ 2001 ਤੋਂ 2011 ਤੱਕ ਸਿਰਫ 24 ਕਰੋੜ ਵਧੀ ਹੈ, 34 ਕਰੋੜ, 2.43 ਕਰੋੜ ਸੀਗੀ, 2.77 ਕਰੋੜ, 34 ਲੱਖ ਸੋਰੀ 34 ਲੱਖ ਵਧੀ ਹੈ, ਅਤੇ 34 ਲੱਖ ਵਧਣ ਨਾਲ ਵੀ ਇੱਥੇ ਤਾਂ ਕੁਪੋਸ਼ਣ, ਮੈਂ ਤੁਹਾਨੂੰ ਦੱਸਿਆ ਵੀ ਸਿਰਫ, ਆ ਜਿਵੇਂ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ ਉਹੀ ਅੰਕੜੇ ਨੇ ਕਿ 10% ਤੋਂ ਘੱਟ ਬੱਚੇ ਨੇ ਜਿਨ੍ਹਾਂ ਨੂੰ ਸਫੀਸ਼ੀਐਂਟ ਰੋਟੀ ਮਿਲਦੀ 6 ਤੋਂ 23 ਮਹੀਨਿਆਂ ਦੇ ਨੂੰ, ਯਾਨੀ ਕਿ ਪਾਪੂਲੇਸ਼ਨ ਨਾਲ ਕੋਈ ਕੰਸਰਨ, ਪਾਪੂਲੇਸ਼ਨ ਨਾਲ ਐਡਾ ਵੱਡਾ ਸੰਬੰਧ ਕੋਈ ਹੈ ਨਹੀਂ ਪਾਲਿਸੀ ਨਾਲ। ਦੂਜੀ ਗੱਲ ਜਿਵੇਂ ਖਾਲਸਾ ਸਾਹਿਬ ਨੇ ਕਿਹਾ 36 ਕਰੋੜ ਦੀ ਆਬਾਦੀ ਸੀ ਉਦੋਂ ਕੁਪੋਸ਼ਣ ਜ਼ਿਆਦਾ ਸੀ। ਸਵਾਲ ਇਹ ਹੈ ਕਿ ਅਸੀਂ ਜਿਹੜੀ ਪ੍ਰੋਡਕਸ਼ਨ ਕਰੀਏ ਹੈ ਇੰਨੀ ਵਧਾਈ ਹੈ ਉਹਦੀ ਡਿਸਟ੍ਰਿਬਿਊਟ, ਜੋ ਪ੍ਰੋਫੈਸਰ ਜਗਵੰਤ ਜੀ ਨੇ ਕਿਹਾ ਵੀ ਸਾਡੇ ਕੋਲ ਅਨਾਜ ਪਿਆ ਅਸੀਂ ਦੇ ਨਹੀਂ ਰਹੇ, ਕਾਣੀ ਵੰਡ ਕਰਦੇ ਪਏ ਅਸੀਂ। ਹਾਂ ਸਾਡੀ ਉਹਦੇ 'ਤੇ ਮੈਂ ਨਾ ਇੱਕ ਲਾਈਨ 'ਚ ਸਿਰਫ ਕਹਾਂਗਾ, ਪਰਚੇਜ਼ਿੰਗ ਪਾਵਰ ਕਿਵੇਂ ਵਧਣੀ ਹੈ? ਇੱਕ ਤਾਂ ਇਹਨਾਂ ਨੇ ਕਾਰਪੋਰੇਟ ਸੈਕਟਰ ਦੀ ਗੱਲ ਕਹਿਤੀ ਕਿਉਂਕਿ ਇਕਨੋਮਿਸਟ ਨੇ, ਇਸ ਕਰਕੇ ਮੈਂ ਉਸ 'ਤੇ ਤਾਂ ਜਾਵਾਂਗਾ ਨਹੀਂ। ਗਰੀਬ ਨੂੰ ਨਹੀਂ ਮਿਲਿਆ ਨਾ, ਗਰੀਬ ਨੂੰ ਮਨਰੇਗਾ ਨੇ, ਗਰੀਬ ਨੂੰ, ਠੀਕ ਹੈ ਤੁਹਾਡੀ ਗੱਲ, ਗਰੀਬ ਨੂੰ ਮਨਰੇਗਾ ਨੇ ਦੇਣੀ ਸੀ ਆਹ ਪੈਸਾ। ਇੱਕ ਤਾਂ ਇਹਨਾਂ ਨੇ 20 ਕਰੋੜ ਦੱਸਤਾ ਵੀ ਜੇ ਇਹ 20 ਹਜ਼ਾਰ ਕਰੋੜ ਹੀ ਲਾ ਦਿੰਦੇ ਉਹਦੇ ਨਾਲ ਬੜਾ ਫਰਕ ਪੈਣਾ ਸੀ। ਉਹ ਮਨਰੇਗਾ ਦੀ ਦਿਹਾੜੀ ਦਿੰਦੇ, ਮਨਰੇਗਾ ਦਾ ਬਜਟ ਕੱਟਿਆ ਜਾ ਰਿਹਾ, 100 ਦਿਨ ਦੀ ਦਿਹਾੜੀ ਉਹਨੂੰ ਜਦ ਮਿਲੇਗੀ ਗਰੀਬ ਆਦਮੀ ਨੂੰ ਪਿੰਡ ਦੇ ਵਿੱਚ, ਜਿੱਥੇ ਪੰਜਾਬ 'ਚ 73% ਆਬਾਦੀ ਪੰਜਾਬ ਵਰਗੀ ਰੂਰਲ ਏਰੀਏ ਦੀ
5000 तो घर से गुजारा कर ही है, उन्होंने जो मनरेगा के कार्ड मिलने वो रोटियां खाएगा ना खरीद के, सब तो पहली काम तो पेट भरने ना। सो इस करके साडिया जिहड़ियां नीतियां ने वो लॉपसाइडेड ने, ते असी कारपोरेट के हक च कर रहे हैं, असी गरीब नूं थले सुट रहे हैं ते कारपोरेट नूं कर रहे हैं, असी कारपोरेट नूं किसी होर चीज़ ना मिला के चला रहे हैं। खाली साहब मैं ब्रेक लैनी, ब्रेक तो जाने तो पहले तुम एक सवाल जरूर करना चाहता जी, उत्तरी सूबे की हालत खराब दसी जा रही है इस रिपोर्ट के, यदा मतलब की है? देखो उत्तरी जिहड़ी पापूलेशन की डेंसिटी है ना वो भी इस खेत्र दे विच ज़्यादा है, साउथ ने पापूलेशन के उपर भी काफ़ी ज़्यादा कंट्रोल किया जेड़ा। मैं थोड़ा मैं ऐड ऑन कर दो खाली साहब, उत्तरी भारत के सूबे का जिक्र हुंदा तुसी पापूलेशन का जिक्र करता है कि दिल्ली यूपी का इंपैक्ट है ये सारे इंडेक्स दे। देखो ये जी बेल्ट है ना बिहार यूपी जिन्हों आप पहला बीमारू स्टेट्स बीमारू स्टेट्स कहते हैं, जिन्हों सारा मध्य प्रदेश वगैरह वो सारा एरिया जड़ा है ये आ जाता, लेकिन मेजर फैक्टर मध्य प्रदेश बिहार यूपी दिल्ली हाँ ईवन वेस्ट बंगाल ते उड़ीसा हाँ ये सारा एरिया जड़ा है ये आ जाता है, लेकिन यदा मतलब ये नहीं है कि सारा नॉर्थ ही इस तरह का, वो आप पंजाब भी लै लें हरियाणा भी लै लें हिमाचल भी है जम्मू कश्मीर है और तुहाडा राजस्थान है ईवन गुजरात है ये सारे एरिया जिहड़ा है इन्हां विचों कई एरिया जिहड़े है बहुत अच्छे परफॉर्म कर भी रहे हैं, लेकिन इहदा ये मतलब नहीं है कि सिर्फ पापूलेशन की वजह करके सारा कुछ हो रहा है, पापूलेशन पापूलेशन की डिग्रेडेशन पापूलेशन ਨੂੰ ਜਿਵੇਂ ਆਪਾਂ ਜਿਹੜਾ ਤੁਸੀਂ ਨਾਮ ਲਿਆ ਉਹ ਹਿੰਦੁਸਤਾਨ ਦਾ ਗਰੀਬ ਇਲਾਕਾ ਮੰਨਿਆ ਜਾਂਦਾ, ਉਹ ਸਾਰਾ ਗਰੀਬ ਭੁੱਖਾ ਸੌ ਰਿਹਾ। ਬਿਲਕੁਲ ਠੀਕ, ਗਰੀਬ ਇਲਾਕਾ ਤਾਂ ਹੈ ਉਹਨਾਂ ਕੋਲ ਨੈਚੁਰਲ ਰਿਸੋਰਸ ਜ਼ਿਆਦਾ ਨੇ ਉਹਦੇ ਕੋਲ ਕਾਬਜ ਹੋਰ ਹੈ, ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਹੈਗੀ ਹੈ ਨਾ ਉਹ ਹੈ ਕਿ ਤੁਸੀਂ ਬ੍ਰੇਕ ਲੈਣਾ ਹੋਊਗਾ ਉਸ ਤੋਂ ਬਾਅਦ ਆਪਾਂ ਇਹ ਗੱਲ ਕਰ ਸਕਦੇ ਹਾਂ ਕਿ ਜਿਹੜੀਆਂ ਫਲੈਗਸ਼ਿਪ ਸਕੀਮਾਂ ਸੀਗੀਆਂ ਨਾ ਡਾਕਟਰ ਸਾਹਿਬ, ਚਾਹੇ ਉਹ ਮਿਡ ਡੇ ਮੀਲ ਸੀਗਾ ਚਾਹੇ ਉਹ ਤੁਹਾਡਾ ਮਨਰੇਗਾ ਸੀਗਾ ਜਾਂ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਜਿਹੜੇ ਹੈਗੇ ਆ ਹਾਇਰ ਐਜੂਕੇਸ਼ਨ ਦੇ ਉਹਨਾਂ ਦੇ ਬਜਟ ਦੀ ਕਟੌਤੀ ਹੈਗੀ ਹੈ, ਉਹ ਹਰ ਜਗ੍ਹਾ ਦੇ ਉੱਪਰ ਆਪਾਂ ਦੇਖ ਰਹੇ ਹਾਂ ਉਹ ਖੋਰਾ ਲੱਗ ਰਿਹਾ, ਉਹਦਾ ਓਵਰਆਲ ਇੰਪੈਕਟ ਇਕਨੋਮੀ ਦੇ ਵੀ ਪਏਗਾ ਔਰ ਕੁਆਲਿਟੀ ਆਫ ਲਾਈਫ ਦੇ ਵੀ। ਬਿਲਕੁਲ ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਕੁਆਲਿਟੀ ਆਫ ਲਾਈਫ ਜੇ ਵਧਾਉਣੀ ਹੈਗੀ ਆ ਤਾਂ ਸਾਨੂੰ ਸੋਚਣਾ ਪਵੇਗਾ, ਸਾਨੂੰ ਸਵਾਲ ਪੁੱਛਣੇ ਪੈਣਗੇ, ਜੋ ਸਰਕਾਰਾਂ ਨੂੰ ਸਵਾਲ ਨਹੀਂ ਪੁੱਛੋਗੇ ਫਿਰ ਤੁਹਾਨੂੰ ਕੋਈ ਨਹੀਂ ਪੁੱਛੇਗਾ, ਫਿਰ ਨਿਊ ਇੰਡੀਆ ਤੁਹਾਨੂੰ ਦਿਖਾਇਆ ਜਾਵੇਗਾ ਉਹਦੇ ਵਿੱਚ ਭਾਰਤ ਭੁੱਖਾ ਸੌ ਜਾਵੇਗਾ। ਬ੍ਰੇਕ ਤੋਂ ਵਾਪਸ ਆ ਰਹੇ ਹਾਂ, ਸਵਾਲ ਇੱਕੋ ਪੁੱਛ ਰਹੇ ਹਾਂ, ਵਿਸ਼ਵ ਹੰਗਰ ਇੰਡੈਕਸ ਵਿੱਚ ਭਾਰਤ ਦੇ ਲਗਾਤਾਰ ਹੇਠਾਂ ਹੁੰਦਾ ਸਿਆਸਤ ਲਈ ਕੀ ਹੈ ਮਤਲਬ? ਡਾਕਟਰ ਜਗਵੰਤ ਸਿੰਘ, 5 ਟ੍ਰਿਲੀਅਨ ਵਾਲੀ ਗੱਲ ਹੈ ਜਿਹੜੀ ਉਹ ਬਾਕੀ ਹੈ ਕੀ ਹੈ, ਨਿਊ ਇੰਡੀਆ ਦੇ ਸੁਪਨਿਆਂ ਵਾਲੀ ਗੱਲ ਬਾਕੀ ਹੈ ਕੀ ਹੈ, ਨਿਊ ਇੰਡੀਆ ਦੇ ਸੁਪਨੇ ਵਿੱਚ ਭਾਰਤ ਕਿਤੇ ਸਟੈਂਡ ਵੀ ਕਰਦਾ ਹੈ ਜਾਂ ਨਹੀਂ? ਦੇਖੋ ਇਹ ਜਿਹੜੀ ਡਿਵੀਜ਼ਨ ਹੈ ਪਹਿਲਾਂ ਨਾਲੋਂ ਜ਼ਿਆਦਾ ਸ਼ਾਰਪ ਹੁੰਦੀ ਨਜ਼ਰ ਆ ਰਹੀ ਹੈ, ਪੋਲਿਸੀ ਜਿਹੜੀਆਂ ਉਹ ਜ਼ਿਆਦਾ ਕਾਰਪੋਰੇਟ ਅਤੇ ਇੰਟਰਨੈਸ਼ਨਲ ਕੰਪਨੀਜ਼ ਦੀ ਤਰਫ ਜ਼ਿਆਦਾ ਝੁਕਾਅ ਨਜ਼ਰ ਆਉਂਦਾ ਹੈ, ਉਹ ਜਦੋਂ ਇਸ ਤਰੀਕੇ ਦਾ ਪਾੜਾ ਪਏਗਾ ਜਿਹਦੇ 'ਚ ਆਪਾਂ ਵੈਲਥ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਕਰੀਏ, ਅਮੀਰ ਜ਼ਿਆਦਾ ਅਮੀਰ ਹੋਏਗਾ। ਮੈਂ ਜਿੱਦਾਂ ਹੁਣ ਇੱਕ ਗੱਲ ਕਹਿ ਰਿਹਾ ਸੀਗਾ ਕਿ ਜੋ ਕਾਰਪੋਰੇਟ ਟੈਕਸ ਘਟਾਇਆ ਉਹਦੇ ਨਾਲ, ਮੈਂ ਇਹ ਵੀ ਨਾਲ ਦੇਖ ਰਿਹਾ ਕਿ ਸਾਰੀਆਂ ਕੰਪਨੀ ਜਿਹਨਾਂ ਦਾ ਪ੍ਰੋਫਿਟ ਕੋਈ ਬਹੁਤ ਜ਼ਿਆਦਾ ਨਹੀਂ ਸੀ ਉਹਨਾਂ ਦੀ ਬੋਟਮ ਲਾਈਨ ਠੀਕ ਹੋਈ ਹੈ, ਉਹ ਪ੍ਰੋਫਿਟ ਠੀਕ ਸ਼ੋਅ ਕਰ ਚੁੱਕੇ ਆ, ਇਨਕਲੂਡਿੰਗ ਰਿਲਾਇੰਸ ਦਾ ਮੈਂ ਦੇਖ ਰਿਹਾ ਸੀਗਾ ਕਿ ਰੈਵਨਿਊ 'ਤੇ ਗਰੋਥ ਉਨੀ ਨਹੀਂ ਹੈ, ਪ੍ਰੋਫਿਟ ਗਰੋਥ ਬਹੁਤ ਜ਼ਿਆਦਾ ਹੈ, ਉਹ ਬੇਸਿਕਲੀ ਟੈਕਸ ਕਰਕੇ ਹੈ। ਉਸ ਮੌਕੇ ਜ਼ਰੂਰ ਮਨ ਚ ਆਉਂਦਾ ਕਿ ਰਿਲਾਇੰਸ ਨੂੰ ਤੁਸੀਂ ਪ੍ਰੋਫਿਟ ਦਾ ਇੱਕ ਵੱਡਾ ਹਿੱਸਾ ਦੇ ਦਿੱਤਾ, ਇਹ ਦੇਣ ਦੀ ਬਜਾਏ ਜੇ ਤੁਸੀਂ ਗਰੀਬ ਦੇ ਮੂੰਹ 'ਚ ਰੋਟੀ ਪਾ ਦਿੰਦੇ ਉਹਨਾਂ ਦੀਆਂ ਸਕੀਮਾਂ 'ਤੇ ਖਰਚ ਦਿੰਦੇ ਜ਼ਿਆਦਾ ਅੱਛਾ ਹੁੰਦਾ। ਔਰ ਜਦੋਂ ਤੁਸੀਂ ਉਹਨੂੰ ਨਾਲ ਜੋੜਦੇ ਐੱਨ ਪੀ ਏ ਬੈਂਕਾਂ ਦੇ, ਤੁਸੀਂ ਸਟੇਟ ਬੈਂਕ ਦਾ ਪੜ੍ਹਿਆ ਹੋਊਗਾ ਕਿ 76,000 ਕਰੋੜ ਦਾ ਉਹਨੇ ਇੱਕ ਸਾਲ ਦੇ ਵਿੱਚ ਉਹਨੇ ਰਾਈਟ ਆਫ ਕਰ ਦਿੱਤਾ, ਜਦੋਂ ਤੁਸੀਂ ਸਾਰਾ ਟੋਟਲ ਕਰੋਗੇ ਉਹ ਲੱਖਾਂ ਕਰੋੜਾਂ ਦੇ ਵਿੱਚ ਜਾਂਦਾ, ਤਾਂ ਫਿਰ ਤੁਹਾਡੇ ਮਨ 'ਚ ਆਉਂਦਾ ਕਿ ਕੀ ਇਹ ਮੁਲਕ ਉਸ ਤਰਫ ਨੂੰ ਫਿਰ ਮੁੜ ਕੇ ਬਹੁਤ ਤੇਜ਼ੀ ਨਾਲ ਵੱਧ ਰਿਹਾ ਕਿ ਅਮੀਰ ਜ਼ਿਆਦਾ ਅਮੀਰ ਹੋਏਗਾ, ਅਸੀਂ ਉਹਦਾ ਹੀ ਖਿਆਲ ਕਰਨਾ ਔਰ ਗਰੀਬ ਹੈ ਉਹਨੂੰ ਕਿਸੇ ਮੌਕੇ ਕੋਈ ਛੋਟਾ ਮੋਟਾ ਬੈਨੀਫਿਟ ਦੇ ਕੇ ਉਹਦੇ ਤੋਂ ਸਿਰਫ ਵੋਟਾਂ ਲੈਣੀਆਂ, ਉਹ ਚੀਜ਼ ਦਾ ਪਾੜਾ ਤੁਹਾਨੂੰ ਮਤਲਬ ਕੁਝ ਚੰਦ ਲੋਕਾਂ ਤੇ ਵੱਡੀਆਂ ਕੰਪਨੀਆਂ ਦਾ ਨਿਊ ਇੰਡੀਆ ਬਾਕੀਆਂ ਲਈ ਭਾਰਤ ਹੈ। ਹਾਂ ਉਹ ਜਿਹੜਾ ਵਿੱਚ ਗੈਪ ਹੈ ਉਹ ਘਟਦਾ ਨਜ਼ਰ ਨਹੀਂ ਆ ਰਿਹਾ, ਗੈਪ ਬਹੁਤ ਜ਼ਿਆਦਾ ਹੈਗਾ ਪੁਲਰ ਸਾਹਿਬ, ਵੱਧਦਾ ਨਜ਼ਰ ਆ ਰਿਹਾ ਪੁਲਰ ਸਾਹਿਬ, ਇਹ ਗੈਪ ਖਤਮ ਕਰੋ। ਇੱਕ ਤਾਂ ਜਾਤ ਪਾਤ ਵਾਲਾ ਗੈਪ ਵੀ ਹੈਗਾ ਅਤੇ ਅਮੀਰ ਗਰੀਬ ਵਾਲਾ ਗੈਪ ਵੀ ਹੈਗਾ, ਰੰਗ ਦਾ ਗੈਪ ਵੀ ਹੈਗਾ, ਬਹੁਤ ਸਾਰੇ ਗੈਪ ਹੈਗੇ। ਮੈਂ ਕਿਹੜੇ ਕਿਹੜੇ ਗੈਪ ਦਾ ਜ਼ਿਕਰ ਕਰਾਂ? ਗੈਪ ਇੰਨੇ ਕਹਿ ਹੈਗੇ ਆ ਜਿੱਥੇ ਵੀ ਪੈਰ ਧਰਾਂਗੇ ਮੈਨੂੰ ਤਾਂ ਡਿੱਗਾਂਗੇ ਹੀ ਉੱਠਾਂਗੇ ਨਹੀਂ। ਨਹੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਅਤੇ ਮੇਰੇ ਨਾਲ ਜਿਹੜੇ ਐਕਸਪਰਟ ਹੈਗੇ ਸਹਿਮਤ ਨਹੀਂ ਹੋਏ ਕਿ ਪਾਪੂਲੇਸ਼ਨ ਜਿਹੜੀ ਹੈਗੀ ਇੱਕ ਮੇਜਰ ਫੈਕਟਰ ਨਹੀਂ, ਉਹ ਕਹਿੰਦੇ ਵੀ ਇੱਕ ਫੈਕਟਰ ਹੈਗਾ, ਉਹ ਮੰਨ ਕੇ ਚੱਲਦੇ ਮੇਜਰ ਫੈਕਟਰ ਨਹੀਂ ਮੰਨਦੇ। ਮੈਂ ਦੱਸ ਰਿਹਾ ਨਾ ਕਿ ਮੇਜਰ ਫੈਕਟਰ ਨਹੀਂ ਮੰਨ ਰਹੇ ਹੈਗੇ, ਲੇਕਿਨ ਤੁਸੀਂ ਇਸ ਚੀਜ਼ ਨੂੰ ਅਗਰ ਡੀਪਲੀ ਜਾ ਕੇ ਸਟੱਡੀ ਕਰੋਗੇ ਉਹ 'ਚ ਤੁਹਾਨੂੰ ਇੰਨੀ ਗੱਲ ਸਮਝ ਲੱਗੂਗੀ ਕਿ ਜਿਹੜੇ ਪਰਿਵਾਰ, ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਪਰਿਵਾਰ ਕੋਲ ਮਾਂ ਪਿਓ ਕੋਲ ਆਪਣੇ ਖਾਣ ਲਈ ਗੁਜ਼ਾਰਾ ਕਰਨ ਲਈ ਰੋਟੀ ਨਹੀਂ ਹੈਗੀ, ਉੱਥੇ ਹਰ ਸਾਲ ਇੱਕ ਬੱਚਾ ਜੰਮਦਾ ਹੈ। ਠੀਕ ਹੈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਹਿ ਤਾ ਕਿ ਜੀ ਕਿਉਂਕਿ ਉਹਨਾਂ ਦੇ ਜਿਹੜੇ ਹੱਥ ਨੇ, ਦੋ ਹੱਥ ਜਿਹੜੇ ਕੰਮ ਕਰਦੇ ਨੇ, ਕਮਾ ਕੇ ਖਾਂਦੇ ਨੇ, ਵੀ
जे हर साल बच्चा जम्मूगा उस माँ नूं प्रॉपरली फीड मिल नहीं रही वो अपने बच्चे का किस लैवल का बच्चा जम्मूगी तुम इस चीज लैके चलो ना वीक रहना भुल्लर साहब मैंने वैसे नहीं कहना चाहिए बहुत संजीदा डिबेट है पर जो पापूलेशन कंट्रोल की बीजेपी गल करती हैगी इं लगता कि इतने भी धर्म वाला शीशा बच्चे ला के फिर गल की जाती है धर्म वाला शीशा हाँ कोई धर्म वाला शीशा नहीं है हाँ जेकर मैं कहना यार चाइना ने पापूलेशन कंट्रोल की धर्म वाला शीशा लगा सी मतलब जे इंडिया च गल होएगी तो धर्म वाला शीशे की गल करोगे कितना किते जे पापूलेशन कंट्रोल होएगी जेडे रिसोर्सिज ने उन्ने ही ज्यादा लोग फायदा चक सकनगे जिन्नी ज्यादा पापूलेशन इंक्रीज होगी जेडे रिसोर्सिज ने ओदा उन्ने घट लोग फायदा चकनगे जट करके फिर पापूलेशन दा सवाल है एक बेनती करांगा पुलर साहब ने कहा कि ये है भी मैं नहीं भी मैं कहता ये पूरी रिसर्च स्टडी है और पूरी इंटरनेशनल लेवल तक पब्लिश हुई है इकोनॉमिक एंड पॉलिटिकल वीकली पब्लिश हुई है पहली गल दूजी गल स्टडी एंड ग्राउंड से जाके करी है दित्तूपुर डकौंदा उस ग्राउंड ਦੇ ਵਿੱਚ ਹੀ ਉਹ ਲੋਕ ਨੇ ਨਾ ਹੁਣ ਮੈਂ ਦੂਜੀ ਗੱਲ ਦੱਸਦਾ ਨਾ ਡਾਕਟਰ ਸਾਹਿਬ ਉਸ ਗਰਾਊਂਡ ਤੇ ਉਹੀ ਲੋਕ ਨੇ ਨਾ ਜਿਨ੍ਹਾਂ ਦੀ ਪਾਪੂਲੇਸ਼ਨ ਇੰਕਰੀਜ਼ ਹੋ ਰਹੀ ਹੈ ਠੀਕ ਹੈ ਤੁਹਾਡੇ ਤੱਕ ਤੁਹਾਡੇ ਤੱਕ ਨਾ ਹੋਰ ਤਾਂ ਲੈਂਦੋ ਹਾਂ ਸਾਨੂੰ ਬੀਬੀਆਂ ਕਹਿੰਦੀਆਂ ਹੁਣ ਇਹ ਭੁੱਲਰ ਸਾਹਿਬ ਤੱਕ ਕਦੇ ਜਾ ਕੇ ਦੇਖਣ ਤਾਂ ਹੀ ਪਤਾ ਲੱਗੂਗਾ ਨਾ ਜੇ ਸਰਵੇ ਕਰਦੇ ਤੁਸੀਂ ਉਦੋਂ ਪਤਾ ਲੱਗਦਾ ਜਦ ਅਗਲਾ ਹਾਂ ਬੀਬੀ ਮੰਜੀ ਤੇ ਬੈਠੀ ਹੈ ਛੋਟਾ ਜਿਹਾ ਓਟ ਹੈ ਮੈਨੂੰ ਕਹਿੰਦੀ ਆ ਬੀਬੀ ਤੁਹਾਡੀ ਨਾਲ ਏ ਐਨ ਐਮ ਸਾਡੀ ਨਾਲ ਸੀ ਕਿਉਂਕਿ ਅਸੀਂ ਤਾਂ ਸਰਕਾਰੀ ਤੌਰ 'ਤੇ ਸਰਵੇ ਕਰ ਰਹੇ ਸੀ ਕਹਿੰਦੀ ਏ ਐਨ ਐਮ ਨਾਲ ਇਹਨੂੰ ਪੁੱਛ ਲਓ ਮੈਂ ਤਾਂ ਕਹਿੰਦੀ ਕਿ ਮੇਰੇ ਆ ਦੋ ਬੱਚੇ ਨੇ ਮੈਂ ਇਹਦੇ ਬਿਨਾਂ ਕਿਸੇ ਤੋਂ ਆਪੇ ਓਪਰੇਸ਼ਨ ਕਰਾਇਆ ਮੈਂ ਆਪ ਗਈ ਹਾਂ ਇਹਦੇ ਕੋਲ ਮੈਂ ਵੀ ਦਿਹਾੜੀ ਕਰਦੇ ਹਾਂ ਮੇਰੇ ਘਰ ਵਾਲੇ ਵੀ ਦਿਹਾੜੀ ਕਰਦੇ ਆ ਅਸੀਂ ਸਿਗਰਟ ਬੀੜੀ ਵੀ ਨਹੀਂ ਪੀਂਦੇ ਸਾਡੇ ਜੁੰਮੇ 5000 ਦਾ ਕਰਜ਼ਾ 10 ਭਾਈ ਸਾਡੇ ਜੁੰਮੇ ਕਿਉਂ ਆ ਸਾਡੇ ਰੋਟੀ ਨਹੀਂ ਜੁੜਦੀ ਕਿਉਂ ਅਸੀਂ ਤਾਂ ਜੈਵਟ ਦੀ ਮਿਰਚਾਂ ਨਾਲ ਰੋਟੀ ਖਾਂਦੇ ਹਾਂ ਇਹ ਗੱਲ ਐਂ ਨਹੀਂ ਹੈ ਅਸੀਂ ਹਸਪਤਾਲ 'ਚ ਰਹਿੰਦੇ ਹਾਂ ਸਾਡੇ ਕੋਲ ਰੋਜ਼ ਮਰੀਜ਼ ਆਉਂਦੇ ਨੇ ਸਾਨੂੰ ਪਤਾ ਕਿ ਮਰੀਜ਼ ਦੀ ਹਾਲਤ ਕੀ ਹੁੰਦੀ ਹੈ ਸੋ ਇਹ ਕਹਿਣਾ ਬੜਾ ਸੌਖਾ ਹੈ ਜਿਨ੍ਹਾਂ ਦੇ ਇੱਕ ਇੱਕ ਬੱਚਾ ਦੋ ਬੱਚੇ ਨੇ ਉਹਨਾਂ ਦਾ ਉਦੋਂ ਵੀ ਮਾੜਾ ਹਾਲ ਹੈ ਜਿਹੜਾ ਇਹ ਕਹਿੰਦੇ ਨੇ ਉਹਦਾ ਰੀਜ਼ਨ ਕੀ ਹੈ ਕਿ ਉਹਨਾਂ ਦੀ ਜਿਹੜੀ ਮਾੜੀ ਮੋਟੀ ਕਿਤੋਂ ਸੋਰਸ ਆਫ ਇਨਕਮ ਹੋਣਾ ਉਹ ਵੀ ਖਤਮ ਹੋ ਜਾਂਦਾ ਜਿਹੜਾ ਉਹਨੇ ਤੋੜ ਲੈਣਾ ਬਾਜ਼ਾਰੋਂ ਬਾਹਰੋਂ ਅੱਗੇ ਹੁਣ ਤਾਂ ਮੱਲੇ ਮੁੱਲੇ ਘੱਟ ਗਏ ਅੱਗੇ ਮਾੜਾ ਮੋਟਾ ਬਾਹਰੋਂ ਪੱਟ ਲਿਆਉਂਦਾ ਤੋੜ ਲਿਆਉਂਦਾ ਉਹਦੇ ਨਾਲ ਵੀ ਖਾ ਲੈਂਦੇ ਸੀ ਸਵਾਲ ਇਹ ਹੈ ਕਿ ਅਸੀਂ ਉਹਨਾਂ ਦਾ ਜਿਹੜਾ ਨੈਚੁਰਲ ਫੂਡ ਰਿਜ਼ਰਵ ਸੀ ਉਹ ਗ੍ਰੀਨ ਰੈਵੋਲਿਊਸ਼ਨ ਨਾਲ ਖਤਮ ਕਰਤਾ ਜਿਹੜਾ ਉਹਨੇ ਅੱਗੋਂ ਲੈ ਆਉਣਾ ਸੀ ਗੁੜ ਖਾਏ ਗੰਨੇ ਖਾ ਲੈ ਚਿੱਬੜ ਲੈ ਲਏ ਬੇਰ ਲੈ ਲਏ ਉੱਥੇ ਗਿਰੇ ਹੋਏ ਅਮਰੂਦ ਲੈ ਲਏ ਇਹ ਕੁਛ ਉਹ ਅਸੀਂ ਉਹ ਖਤਮ ਕਰਤਾ ਦੂਜੀ ਗੱਲ ਉਹਦੀ ਅਸੀਂ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਸੀ ਜਿਹਦੇ 'ਚ ਹੋਲਾ ਆਮ ਖਾ ਲੈਂਦੇ ਸੀ ਚਨੇ ਚਨੇ ਆਮ ਮਿਲ ਜਾਂਦੇ ਸੀ ਬੱਕਰੀਆਂ ਨੂੰ ਪਾਉਂਦੇ ਸੀ ਉਹ ਲੋਕ ਮੁਫਤ ਦਿੰਦੇ ਸੀ ਲੱਸੀ ਆਮ ਮਿਲ ਜਾਂਦੀ ਸੀ ਉਹ ਅਸੀਂ ਖਤਮ ਕਰਤਾ ਇਹ ਅਸੀਂ ਪੜ੍ਹਾਉਣੇ ਆਏ ਬੀ ਬੀ ਐਸ 'ਚ ਵੀ ਲੱਸੀ ਅਤੇ ਗੁੜ ਪਰ ਸਾਡਾ ਤਾਂ ਅਖਾਣ ਸੀ ਇਹ ਤਾਂ ਹੁਣ ਅਸੀਂ ਤਾਜ਼ੀ ਪੜ੍ਹਾਈ 'ਚ ਕਰਾਉਣ ਲੱਗੇ ਹਾਂ ਸਾਡੇ ਤਾਂ ਅਖਾਣ ਸੀ ਲੱਸੀ ਮਿਲੇ ਪੀਣ ਨੂੰ ਅਤੇ ਗੁੜ ਮਿਲੇ ਖਾਣ ਨੂੰ ਫਿਰ ਵੇਖ ਮਿੱਤਰਾ ਮੇਰੀ ਲੋਹੇ ਵਰਗੀ ਜਾਣ ਨੂੰ ਸਾਡੇ ਲੱਸੀ ਵੀ ਖਤਮ ਹੋ ਗਈ ਇਹਦੇ ਵਿੱਚ ਸਾਡਾ ਸਮਾਜਿਕ ਤਾਣਾਵਾਣਾ ਵੀ ਜ਼ਿੰਮੇਵਾਰ ਹੈ ਸਾਡਾ ਸਮਾਜਿਕ ਤਾਣਾਵਾਣਾ ਨਹੀਂ ਸਾਡਾ ਇਕਨੋਮਿਕ ਡਿਵੈਲਪਮੈਂਟ ਦਾ ਮਾਡਲ ਜ਼ਿੰਮੇਵਾਰ ਹੈ ਕਿਉਂਕਿ ਉਸ ਮਾਡਲ ਨੇ ਸਾਡੇ ਕੋਲੋਂ ਜਿਹੜਾ ਸੀ ਸਾਰਾ ਕੁਝ ਵਪਾਰ ਨਾਲ ਜੋੜਤਾ ਮੰਡੀ ਨਾਲ ਜੋੜਤਾ ਸੀ ਦੁੱਧ ਜੋ ਉੱਥੇ ਡੇਅਰੀ 'ਤੇ ਪਾਉਣਾ ਪੈ ਰਿਹਾ ਕਿਉਂਕਿ ਪੇਟ ਚਲਾਉਣਾ ਭਾਰਤ ਨੂੰ ਵੀ ਲੋਕ ਆਰਥਿਕਤਾ ਦੀ ਮੰਡੀ ਵਜੋਂ ਦੇਖਦੇ ਆ ਹਾਂ ਬਿਲਕੁਲ ਭਾਰਤ ਨੂੰ ਬਾਕੀ ਦੁਨੀਆ ਦੇਖ ਰਹੀ ਹੈ ਆ ਵਰਲਡ ਬੈਂਕ ਦੇ ਆ ਕੇ ਦੇਖਦੀ ਨੇ ਰੋਜ਼ ਵੀ ਇਹ ਵੱਡੀ ਵੱਡੀ ਮੰਡੀ ਹੈ 130 ਕਰੋੜ ਦੀ ਆਬਾਦੀ ਹੈ ਪੁੱਲ ਸਾਹਿਬ ਮੈਂ ਖਾਲੇ ਸਾਹਿਬ ਲਾਸਟ ਮਿੰਟ ਤੁਹਾਡੇ ਲੈਣ ਇਸ ਤਰ੍ਹਾਂ ਹੈ ਕਿ ਡਾਕਟਰ ਸਾਹਿਬ ਦੀਆਂ ਸਾਰੀਆਂ ਗੱਲਾਂ ਠੀਕ ਨੇ ਤੇ ਡਾਕਟਰ ਸਾਹਿਬ ਨੇ ਹੁਣੇ ਹੀ ਦੱਸਿਆ ਸੀ ਵੀ ਜਿਹੜੇ ਜ਼ਮਾਨੇ ਦੀਆਂ ਗੱਲਾਂ ਕਰ ਰਹੇ ਕੁਪੋਸ਼ਨ ਉਸ ਟਾਈਮ ਸਭ ਤੋਂ ਜ਼ਿਆਦਾ ਸੀ ਉਸ ਟਾਈਮ ਜਿਹੜੇ ਅੰਕੜੇ ਸੀ ਇਸ ਤੋਂ ਜ਼ਿਆਦਾ ਸੀਗੇ ਤੇ ਜੇ ਉਦੋਂ ਇੰਨਾ ਖੁੱਲਾ ਖਾਣ ਪੀਣ ਮਿਲਦਾ ਸੀ ਤੇ ਕੁਪੋਸ਼ਨ ਕਿਉਂ ਸੀ ਫਿਰ ਉਸ ਟਾਈਮ ਤੇ ਜੇ ਅੱਜ ਖਾਣ ਪੀਣ ਨਹੀਂ ਮਿਲ ਰਿਹਾ ਘੱਟ ਕਿਉਂ ਉਸ ਤੋਂ ਦੇਖੋ ਡਾਕਟਰ ਸਾਹਿਬ ਪਤਾ ਨਹੀਂ ਪੰਜਾਬ ਦੀ ਸਿਰਫ ਗੱਲ ਕਰ ਰਹੇ ਨੇ ਜਿਹੜਾ ਮੇਜ਼ਰ ਹੈਗਾ ਏਰੀਆ ਜਿਹੜਾ ਯੂਪੀ ਬਿਹਾਰ ਵੈਸਟ ਬੰਗਾਲ ਉੜੀਸਾ ਜਿੱਥੇ ਪਾਪੂਲੇਸ਼ਨ ਬਗੈਰ ਕਿਸੇ ਰੋਕਟੋਕ ਤੋਂ ਇਨਕਰੀਜ਼ ਹੋ ਰਹੀ ਹੈ ਇਹ ਅੰਕੜੇ ਉੱਥੋਂ ਵੀ ਲਏ ਗਏ ਨੇ ਮੈਂ ਪੁੱਲਰ ਸਾਹਿਬ ਇਸੇ ਕਰਕੇ ਕੱਲਾ ਔਰ ਕੱਲਾ ਪੰਜਾਬ ਦੇ ਅੰਕੜੇ ਨਹੀਂ ਹੈਗੇ ਇਸ ਜੋ ਤੁਸੀਂ ਪਾਪੂਲੇਸ਼ਨ ਕੰਟਰੋਲ ਦੀ ਗੱਲ ਕਰਦੇ ਨਾ ਜਿਹੜੇ ਸੂਬੇ ਤੁਸੀਂ ਗਿਣਾਉਂਦੇ ਹੋ ਉਦੋਂ ਫਿਰ ਤੁਹਾਡੇ ਤੇ ਵੀ ਸਵਾਲ ਆ ਜਾਂਦੇ ਹੈਗੇ ਇਹ ਨਾ ਪੁੱਲਰ ਸਵਾਲ ਤੁਸੀਂ ਦੂਜੇ ਤਰੀਕੇ ਟਵਿਸਟ ਜਿਸ ਤਰ੍ਹਾਂ ਮਰਜ਼ੀ ਕਰ ਲਓ ਸਾਰੀ ਪਾਪੂਲੇਸ਼ਨ ਕੰਟਰੋਲ ਕਰਨਾ ਸਭ ਤੋਂ ਜ਼ਰੂਰੀ ਹੈ ਜਿਸ ਤਰ੍ਹਾਂ ਦਾ ਮੈਂ ਨਾਲ ਹੋਰ ਪੋਲੀਟਿਕਲ ਸਾਦਾ ਪੁੱਲਰ ਸਾਹਿਬ ਜਿਹੜੇ ਅੰਕੜੇ ਆ ਨਾ ਉਹ ਪੰਜਾਬ ਦੇ ਵੀ ਉਹੀ ਨੇ 10% ਹੀ ਬੱਚਿਆਂ ਨੂੰ ਮਿਲ ਰਿਹਾ ਉਹ ਤਾਂ ਅੱਗੇ ਸਾਨੂੰ ਚਿੰਤਾ ਕਰਨੀ ਪੈਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਅਸੀਂ ਕਹਿ ਰਹੇ ਹਾਂ ਕਣਕ ਖਾ ਰਹੇ ਹਾਂ ਦੂਜਾ ਖਾ ਰਹੇ ਹਾਂ ਉਹਦੀ ਕੁਆਲਿਟੀ ਉਹਦਾ ਨਿਊਟ੍ਰੀਸ਼ਨ ਕੰਟੈਂਟ ਉਹ ਵੀ ਘਟਿਆ ਹੋਇਆ ਜੇ ਉਹ ਘਟਿਆ ਹੋਇਆ ਤਾਂ ਚਾਹੇ ਪਰਿਵਾਰ 'ਚ ਇੱਕ ਬੱਚਾ ਜੋ ਅਸੀਂ ਉਸਨੂੰ ਖਿਲਾ ਰਹੇ ਹਾਂ ਉਹਨੂੰ ਵੀ ਨਿਊਟ੍ਰੀਸ਼ਨ ਪੂਰਾ ਨਹੀਂ ਮਿਲ ਰਿਹਾ ਉਹੀ ਸਵਾਲ ਹੈ ਕੁਆਲਿਟੀ ਆਫ ਲਾਈਫ ਉਹਦੇ ਵਿੱਚ ਮਾਰਜਨ ਉਹਦੇ ਵਿੱਚ ਇਹ ਜ਼ਰੂਰ ਹੈ ਕਿ ਬਿਹਾਰ ਦੇ ਨਾਲ ਉਹ ਬਿਹਤਰ ਨਜ਼ਰ ਆਉਂਦਾ ਹੈ ਪਰ ਜੇ ਤੁਸੀਂ ਇਹ ਕਹੀਏ ਕਿ ਮੈਂ ਉਹਨਾਂ ਇਲਾਕਿਆਂ ਦੇ ਵਿੱਚ ਬਿਹਾਰ ਦੇ ਜਿਹੜੇ ਬਿਮਾਰੂ ਸਟੇਟ ਕਿਹਾ ਜਾਂਦਾ ਸੀ ਜਿਹਨੂੰ ਸਿੱਖ ਕਾਓਬੈਟ ਦੇ ਤੌਰ 'ਤੇ ਸੋਸ਼ੀਓਲੋਜਿਸਟ ਕਹਿੰਦੇ ਰਹੇ ਆ ਉਹਨਾਂ 'ਚ ਜਿਹੜੇ ਫਰਟੀਲਿਟੀ ਰੇਟ ਥੱਲੇ ਨਹੀਂ ਆਇਆ ਤਾਂ ਇਹ ਵੀ ਗਲਤ ਹੈ ਜੇ ਉਹਨਾਂ ਦੇ ਵਿੱਚ ਵੀ ਉਹ ਚੀਜ਼ਾਂ ਦੀ ਇੰਪਰੂਵਮੈਂਟ ਹੈਗੀ ਆ ਪਰ ਅਸਲੀ ਗੱਲ ਇਹ ਆ ਕਿ ਸਰਕਾਰ ਦੀ ਨੀਤੀ ਦੇ ਵਿੱਚ ਇਹ ਜਿਹੜਾ ਥੱਲੇ ਵਾਲਾ 30% ਬੱਚਾ ਆ ਇਹਦੇ ਬਾਰੇ ਅਸੀਂ ਕੀ ਕਰਦੇ ਹਾਂ
ਸਾਡੀਆਂ ਪਾਲਸੀਆਂ ਸਹੀ ਅਸੀਂ ਨਹੀਂ ਕਰ ਪਾਵਾਂਗੇ ਕਹਿ ਪਾਵਾਂਗੇ ਜੇ ਸਹੀ ਹੋਣਗੀਆਂ ਤਾਂ ਸਾਡਾ ਰੈਂਕ ਇੱਕ ਲਾਈਨ 'ਚ ਮੈਂ ਇੱਕ ਗੱਲ ਕਹਿਣੀ ਹੈ ਭੁੱਲਰ ਸਾਹਿਬ ਨਾਲ ਅੰਕੜੇ ਕਹਿੰਦੇ ਵੀ ਇਹ ਪੰਜਾਬ ਦੀ ਗੱਲ ਪੰਜਾਬ 'ਚ ਸੁਣ ਲਓ ਕੀ ਹੈ ਇਹ ਪੰਜਾਬ ਦੀ ਤਾਜ਼ੀ ਰਿਪੋਰਟ ਹੈ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ 2016-17 ਇਹਦੇ ਵਿੱਚ ਇਹਨਾਂ ਲਿਖਿਆ 6 ਤੋਂ 23 ਮਹੀਨਿਆਂ ਦੇ ਬੱਚੇ ਜਿਹੜੇ ਜਿਨ੍ਹਾਂ ਨੂੰ ਮਾਂ ਦੁੱਧ ਨਹੀਂ ਚੁੰਗਾਉਂਦੀ ਉਹਨਾਂ ਨੂੰ ਸਿਰਫ 5.7% ਨੂੰ ਪ੍ਰੋਪਰ ਮਤਲਬ ਜੋ ਚਾਹੀਦਾ ਜਿੰਨੀ ਖੁਰਾਕ ਹੋਣੀ ਹੈ ਸਿਰਫ 5.7% ਨੂੰ ਇਹ ਤਾਂ ਨੈਸ਼ਨਲ ਤੋਂ ਵੀ ਥੱਲੇ ਹੋ ਗਿਆ ਇਹ ਨੈਸ਼ਨਲ ਤੋਂ ਵੀ ਥੱਲੇ ਮੈਂ ਇਹੀ ਕਹਿ ਰਿਹਾ ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਮਾਂ ਦੁੱਧ ਚੁੰਗਾਉਂਦੀ ਹੈ ਉਹਨਾਂ ਨੂੰ ਜਿਹੜਾ ਹੈਗਾ 6.7% ਮਿਲ ਰਿਹਾ ਇਹ 6 ਤੋਂ 23 ਮਹੀਨੇ ਦੇ ਬੱਚਿਆਂ ਦੀ ਪੰਜਾਬ ਦੀ ਜਿਹਨੂੰ ਅਸੀਂ ਕਹਿੰਦਾ ਬਹੁਤ ਵੱਡੀ ਉਹ ਬਹੁਤ ਬੁਰੇ ਹਾਲ ਹੈ ਮੁਹੰਮਦ ਖਾਲਿਦ ਮੈਂ ਡਿਬੇਟ ਦਾ ਅੰਤ ਕਰਨਾ ਹੈਗਾ ਅਸੀਂ ਚਰਚਾ ਦੇ ਐਂਡ ਵਿੱਚ ਹੈਗੇ ਹਾਂ ਸਾਰੇ ਡਿਬੇਟ ਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਬਾਹਰ ਆਈ ਹੈ ਕਿ ਸਾਡਾ ਇਕਨੋਮਿਕ ਡਿਵੈਲਪਮੈਂਟ ਮਾਡਲ ਹੈ ਜਿਹੜਾ ਉਹਦੇ ਵਿੱਚ ਖਾਮੀਆਂ ਹੈਗੀਆਂ ਕੀ ਤੁਹਾਨੂੰ ਇਹ ਸਭ ਤੋਂ ਵੱਡਾ ਫੈਕਟਰ ਲੱਗਿਆ ਦੇਖੋ ਇੱਦਾਂ ਹੈਗਾ ਕਿ ਜਿਹੜਾ ਆਪਾਂ ਹੁਣ ਤੱਕ ਡਿਸਕਸ਼ਨ ਕੀਤੀ ਹੈ ਉਹਦੇ ਵਿੱਚ ਕਈ ਫੈਕਟਰ ਫਲੈਗ ਆਊਟ ਕੀਤੇ ਹੈ ਸਿਰਫ ਪਾਪੂਲੇਸ਼ਨ ਹੀ ਨਹੀਂ ਹੈ ਸਿਰਫ ਕਰਪਸ਼ਨ ਹੀ ਨਹੀਂ ਹੈ ਹੋਰ ਬੜੇ ਫੈਕਟਰ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਆਪਾਂ ਪਿੱਛੇ ਹਾਂ ਅਬ ਤੁਸੀਂ 2 ਵਾਰ ਇਸ ਡਿਬੇਟ ਦੇ ਵਿੱਚ ਗੱਲ ਲੈਂਦੀ ਹੈ 3 ਟ੍ਰਿਲੀਅਨ 5 ਟ੍ਰਿਲੀਅਨ ਦੇਖੋ ਇਸ ਵੇਲੇ ਸਾਡੀ ਇਕੋਨੋਮੀ ਜਿਹੜੀ ਹੈਗੀ ਹੈ ਉਹ ਤਕਰੀਬਨ 3 ਟ੍ਰਿਲੀਅਨ ਦੇ ਨੇੜੇ ਤੇੜੇ ਹੈਗੀ ਹੈ ਫਰਾਂਸ ਦੇ ਬਰਾਬਰ ਹੈ ਥੋੜ੍ਹਾ ਬਹੁਤ ਉੱਪਰ ਨੀਚੇ ਹੈ 6ਵੇਂ 7ਵੇਂ ਸਥਾਨ 'ਤੇ ਹੈ ਚਾਈਨਾ ਜਿਹਨੂੰ ਆਪਾਂ ਕੰਪੀਟ ਕਰਦੇ ਹਾਂ 9 ਟ੍ਰਿਲੀਅਨ ਤੋਂ ਉੱਪਰ ਹੈਗੀ ਉਹਦੀ ਇਕੋਨੋਮੀ ਪਾਕਿਸਤਾਨ ਜਿਹੜਾ ਹੈਗਾ ਉਹ 1 ਟ੍ਰਿਲੀਅਨ ਦੇ ਬਰਾਬਰ ਜਿਹੜੇ ਯੂਐਸਏ ਨਾਲ ਦੋਸਤ ਅਗਰ ਅਗਰ ਦੇਖੋ ਅਗਰ 6 ਯੂਐਸਏ ਦੀ 21 ਟ੍ਰਿਲੀਅਨ ਤੋਂ ਉੱਪਰ 21 ਬਾਈ ਟ੍ਰਿਲੀਅਨ ਦੀ ਇਕੋਨੋਮੀ ਹੈ ਅਗਰ ਤੁਸੀਂ 6% ਗਰੋਥ ਕਰਦੇ ਹੋ ਔਰ ਤੁਹਾਡੀ 3 ਟ੍ਰਿਲੀਅਨ ਦੀ ਇਕੋਨੋਮੀ ਹੈ ਉਹਨੂੰ ਆਉਂਦੇ 10 ਸਾਲ ਕੀ 15 ਸਾਲ ਦੇ ਵਿੱਚ ਵੀ 5 ਟ੍ਰਿਲੀਅਨ ਇਕੋਨੋਮੀ ਨਹੀਂ ਬਣਾ ਸਕਦੇ ਕਿਉਂਕਿ ਗਲੋਬਲ ਸਲੋਅ ਡਾਊਨ ਬਹੁਤ ਚੱਲ ਰਿਹਾ ਚਾਈਨਾ ਦੀ ਇਕੋਨੋਮੀ 9 ਟ੍ਰਿਲੀਅਨ ਜਿਹੜੀ ਹੈਗੀ ਹੈ ਉਹ 6% ਗਰੋਥ ਕਰੇ ਉਹ ਇੱਕ ਡਿਫਰੈਂਟ ਚੀਜ਼ ਹੈ ਔਰ ਸਾਡੀ ਇਕੋਨੋਮੀ 3 ਟ੍ਰਿਲੀਅਨ ਦੀ ਅਗਰ 6% ਗਰੋਥ ਕਰੇ ਉਹ ਇੱਕ ਡਿਫਰੈਂਟ ਚੀਜ਼ ਹੈ ਉਹਨਾਂ ਆਪਾਂ ਬਰਾਬਰ ਨਹੀਂ ਸਕਦੇ ਇਸ ਵੇਲੇ ਪੋਸੀਬਲ ਨਹੀਂ ਲੱਗ ਰਿਹਾ ਕਿੰਨੇ ਇਸ ਵੇਲੇ ਪੋਸੀਬਲ ਲੱਗਦਾ ਮੈਂ ਕਿਹਾ ਜੀ ਆਉਂਦੇ 15 ਸਾਲ ਤਾਂ ਇਹ ਚੀਜ਼ ਪੋਸੀਬਲ ਨਹੀਂ ਲੱਗ ਰਹੀ ਚਲੋ ਬਹੁਤ ਧੰਨਵਾਦ ਖਾਲਿਦ ਸਾਹਿਬ ਤੁਹਾਡਾ ਭੁੱਲਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਆਰਾਮ ਨਾਲ ਅੱਜ ਸਵਾਲ ਸੁਣੇ ਹੈਗਾ ਤੁਹਾਡਾ ਧੰਨਵਾਦ ਕਰਦਾ ਮੈਂ ਡਾਕਟਰ ਜਗਵੰਤ ਸਿੰਘ ਤੁਹਾਡਾ ਬਹੁਤ ਧੰਨਵਾਦ ਡਾਕਟਰ ਗਰਗ ਤੁਹਾਡਾ ਬਹੁਤ ਧੰਨਵਾਦ ਭਾਰਤ ਭੁੱਖਾ ਅਕਸਰ ਇਹ ਚੀਜ਼ਾਂ ਡਿਬੇਟ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੀਆਂ ਮੈਂ ਇਹ ਗੱਲ ਵਾਰ ਵਾਰ ਕਹਿੰਦਾ ਹੈਗਾ ਜਦੋਂ ਅਸੀਂ ਡਿਬੇਟ ਸਿਰਫ ਇਹੀ ਕਰੀਏ ਕਿ ਸੁਰੱਖਿਆ ਕਿਵੇਂ ਕਰਨੀ ਹੈਗੀ ਹੈ ਸੁਰੱਖਿਆ ਸਮਾਜਿਕ ਸੁਰੱਖਿਆ ਦੇ ਵਿੱਚ ਇਹ ਸ਼ਬਦ ਆਉਂਦਾ ਹੈਗਾ ਜਦੋਂ ਸਾਨੂੰ ਸਮਾਜਿਕ ਸਿਕਿਉਰਿਟੀ ਮਿਲੂਗੀ ਸੋਸ਼ਲ ਸਿਕਿਉਰਿਟੀ ਮਿਲੂਗੀ ਤਾਂ ਫਿਰ ਅਸੀਂ ਭੁੱਖੇ ਨਹੀਂ ਸੋਵਾਂਗੇ ਆਪਣੇ ਆਸ ਪਾਸ ਜ਼ਰੂਰ ਦੇਖਿਆ ਕਰੋ ਮੈਂ ਵੀ ਕੋਸ਼ਿਸ਼ ਕਰੂੰਗਾ ਅੱਜ ਤੋਂ ਇਸ ਤੋਂ ਪਹਿਲਾਂ ਸ਼ਾਇਦ ਮੈਂ ਵੀ ਨਹੀਂ ਕਦੇ ਨਹੀਂ ਸੋਚਿਆ ਸੀਗਾ ਮੈਂ ਬਹੁਤ ਇਮਾਨਦਾਰੀ ਨਾਲ ਗੱਲ ਕਹਿਣਾ ਚਾਹੁੰਦਾ ਹੈਗਾ ਆਸ ਪਾਸ ਜਿੰਨਾ ਤੁਹਾਡੇ ਕੋਲ ਸਰਦਾ ਪੁੱਜਦਾ ਹੈਗਾ ਸਰਕਾਰਾਂ ਕੁਛ ਨਹੀਂ ਕਰਦੀਆਂ ਹੈਗੀਆਂ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਤੁਹਾਡੇ ਆਸ ਪਾਸ ਕੋਈ ਭੁੱਖਾ ਨਾ ਸੋਵੇ ਬਹੁਤ ਧੰਨਵਾਦ